ਹੈਲੋ एवरीवन ਮੈਂ ਆਸ਼ੀ ਮਿੱਤਲ ਅਰੋੜਾ ਕਲਾਸਿਸ ਦੇ ਇਸ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਪੀਪੀਐਸਸੀ ਪ੍ਰਿੰਸੀਪਲ ਦੇਖੋ ਬੜਾ ਲਗਾਤਾਰ ਤੁਹਾਨੂੰ ਲੈਕਚਰਸ ਦੇ ਰਹੇ ਹਾਂ ਲਾਈਵ ਲੈਕਚਰਸ ਦੇ ਰਹੇ ਹਾਂ ਫਟਵਰ ਲੈਕਚਰ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਠੀਕ ਹੈ ਲਾਈਵ ਲੈਕਚਰਸ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਬਿਲਕੁਲ ਫ੍ਰੀ ਆਫ ਕੋਸਟ ਪੀਪੀਐਸਸੀ ਪ੍ਰਿੰਸੀਪਲ ਦਾ ਇਹ ਤੁਹਾਡਾ ਐਜੂਕੇਸ਼ਨ ਵਾਲਾ ਪਾਰਟ ਹੈ ਜਿੰਦਾ ਜੋ ਮਤਲਬ ਤੁਹਾਡਾ ਮੋਸਟਲੀ 400 ਮਾਰਕਸ ਦਾ ਪਾਰਟ ਹੈਗਾ ਉਹਨਾਂ ਨੂੰ ਡਿਸਕਸ ਕਰ ਰਹੇ ਆ ਅੱਜ ਆਪਾਂ ਡਿਸਕਸ ਕਰ ਰਹੇ ਜਿਹੜਾ ਲਾਸਟ ਟਾਪਿਕ ਆਪਾਂ ਡਿਸਕਸ ਕਰ ਰਹੇ ਸੀ ਗ੍ਰੋਥ ਐਂਡ ਡਿਵੈਲਪਮੈਂਟ ਗ੍ਰੋਥ ਐਂਡ ਡਿਵੈਲਪਮੈਂਟ ਉਸ ਨੂੰ ਆਪਾਂ ਕੰਟੀਨਿਊ ਕਰਾਂਗੇ ਥੋੜੇ ਚੰਗੇ ਲੈਵਲ ਤੱਕ ਆਪਾਂ ਉਸ ਨੂੰ ਕੰਟੀਨਿਊ ਕਰਾਂਗੇ ਟਾਪਿਕਸ ਨੂੰ ਪ੍ਰੋਪਰ ਕੰਟੀਨਿਊ ਕਰਾਂਗੇ ਕਿ ਕਿਹੜੇ-ਕਿਹੜੇ ਟਾਪਿਕਸ ਐ ਕਿਵੇਂ-ਕਿਵੇਂ ਆਪਾਂ ਉਹਦੇ ਵਿੱਚ ਕੀ-ਕੀ ਪੜ੍ਹਨਾ ਹੈ ਮੈਂ ਇੱਕ ਵਾਰੀ ਫਟਾਫਟ ਚੀਜ਼ ਨੂੰ ਰਿਵਾਈਜ਼ ਕਰਵਾ ਦਿੰਨਾ ਮੈਂ ਚੀਜ਼ਾਂ ਨੂੰ ਰਿਵਾਈਜ਼ ਕਰਵਾ ਦਿੰਨਾ ਜਿਹੜਾ ਆਪਾਂ ਆਪਣੇ ਪ੍ਰੀਵੀਅਸ ਪ੍ਰੀਵੀਅਸ ਕਲਾਸ ਦੇ ਵਿੱਚ ਕੀਤਾ ਸੀਗਾ ਤਾਂ ਲਾਸਟ ਕਲਾਸ ਦੇ ਵਿੱਚ ਆਪਾਂ ਕੀ ਸਭ ਤੋਂ ਪਹਿਲਾਂ ਆਪਾਂ ਕੀਤਾ ਸੀ ਗ੍ਰੋਥ ਐਂਡ ਡਿਵੈਲਪਮੈਂਟ ਦਾ ਮੀਨਿੰਗ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਸੀਗਾ ਗ੍ਰੋਥ ਐਂਡ ਡਿਵੈਲਪਮੈਂਟ ਦਾ ਮੀਨਿੰਗ ਠੀਕ ਹੈ ਗ੍ਰੋਥ ਕੀ ਹੁੰਦੀ ਹੈ ਡਿਵੈਲਪਮੈਂਟ ਕੀ ਹੁੰਦੀ ਹੈ ਠੀਕ ਹੈ ਤਾਂ ਗ੍ਰੋਥ ਆਪਾਂ ਕੀ ਕਿਹਾ ਸੀਗਾ ਗ੍ਰੋਥ ਵਿੱਚ ਆਪਾਂ ਸਿਰਫ ਫਿਜ਼ੀਕਲ ਐਸਪੈਕਟ ਲੈ ਕੇ ਚੱਲੇ ਸੀਗੇ ਤੇ ਡਵੈਲਪਮੈਂਟ ਦੇ ਵਿੱਚ ਆਪਾਂ ਸਾਰੇ ਆਸਪੈਕਟਸ ਨੂੰ ਇਕੱਠਾ ਕਰ ਲਿਆ ਸੀਗਾ ਭਾਵੇਂ ਫਿਜ਼ੀਕਲੀ ਐ ਮੈਂਟਲੀ ਐ ਸੋਸ਼ੀਅਲੀ ਐ ਇਮੋਸ਼ਨਲੀ ਐ ਕਨਸੈਪਟ ਕੀਤਾ ਫਿਰ ਆਪਾਂ ਕੀਤਾ ਡਿਫਰੈਂਸ ਲਾਸਟ ਲੈਕਚਰ ਦੇ ਵਿੱਚ ਫਿਰ ਆਪਾਂ ਕੀਤਾ ਡਿਫਰੈਂਸ ਕਿਹਦੇ ਕਿਹਦੇ ਵਿੱਚ ਗਰੋਥ ਐਂਡ ਡਵੈਲਪਮੈਂਟ ਦੋਵਾਂ ਦੇ ਵਿਚਕਾਰ ਆਪਾਂ ਡਿਫਰੈਂਸ ਨੂੰ ਡਿਸਕਸ ਕੀਤਾ ਕਿ ਕਿਹ ਕੀ ਡਿਫਰੈਂਸ ਐ ਗਰੋਥ ਤੇ ਡਵੈਲਪਮੈਂਟ ਦੇ ਵਿੱਚ ਉਸ ਤੋਂ ਬਾਅਦ ਆਪਾਂ ਲਾਸਟ ਕੀਤਾ ਫੈਕਟਰਸ ਫੇਰ ਆਪਾਂ ਗੱਲ ਕੀਤੀ ਕਿਹੜੇ ਕਿਹੜੇ ਕਾਰਕ ਹੈਗੇ ਆ ਜਿਹੜੇ ਤੁਹਾਡੀ ਗਰੋਥ ਤੁਹਾਡੀ ਡਿਵੈਲਪਮੈਂਟ ਨੂੰ ਜਿਹੜਾ ਹੈਗਾ ਪ੍ਰਭਾਵਿਤ ਕਰਦੇ ਐ ਮੈਨੂੰ ਫਟਾਫਟ ਚੈਟ ਬਾਕਸ ਦੇ ਵਿੱਚ ਦੱਸੋ ਕਿ ਕੀ ਇਹ ਇੰਨਾ ਕਲੀਅਰ ਹੈ ਤੇ ਲੈਕਚਰ ਨੂੰ ਫਟਾਫਟ ਸ਼ੇਅਰ ਕਰ ਦਿਓ ਜਿਹੜੇ ਸੁੱਤੇ ਪਏ ਐ ਹਜੇ ਜਿਹੜੇ ਨੂੰ ਪਤਾ ਨਹੀਂ ਜਿਹੜੇ ਭੁੱਲ ਚੁੱਕੇ ਐ ਕਿ 3:30 ਵਜੇ ਕਲਾਸ ਦਾ ਟਾਈਮ ਬਦਲ ਚੁੱਕਿਆ ਐ 3:30 ਵਜੇ ਕਲਾਸ ਹੋ ਰਹੀ ਐ ਉਹਨਾਂ ਨੂੰ ਮੈਸੇਜ ਕਰ ਦਿਓ ਕਿ ਕਲਾਸ ਸ਼ੁਰੂ ਹੋ ਚੁੱਕੀ ਐ ਕਲਾਸ ਲਾਈਵ ਸ਼ੁਰੂ ਹੋ ਚੁੱਕੀ ਐ ਤਾਂ ਫਟਾਫਟ ਲੈਕਚਰ ਲਾਈਵ ਜੁਆਇਨ ਕਰ ਲਓ ਦੇਖੋ ਕੰਟੀਨਿਊਟੀ ਚਾਹਨੇ ਹੋ ਜੇ ਤੁਸੀਂ ਚਾਹੁੰਦੇ ਹੋ ਅਸੀਂ ਅੱਧਰ ਤੋਂ ਪੈਸਾ ਨਹੀਂ ਮੰਗ ਰਹੇ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਲਗਾਤਾਰ ਲਾਈਵ ਲੈਕਚਰਸ ਫ੍ਰੀ ਆਫ ਕੋਸ ਲੱਗਦੇ ਰਹਿਣ ਤਾਂ ਤੁਹਾਨੂੰ ਲਾਈਵ ਦੀ ਗਿਣਤੀ ਵਧਾਣੀ ਪਏਗੀ ਠੀਕ ਹੈ ਲਾਈਵ ਦੀ ਗਿਣਤੀ ਵਧਾਣੀ ਪਏਗੀ ਲੈਕਚਰ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਪਏਗਾ ਸਾਰੇ ਗਰੁੱਪਸ ਤੇ ਵੀ ਸ਼ੇਅਰ ਕਰਨਾ ਪਏਗਾ ਵੱਧ ਤੋਂ ਵੱਧ ਬੱਚੇ ਜਦੋਂ ਹੋਣਗੇ ਤਾਂ ਉਹ ਸਾਡੇ ਲਈ ਵੀ ਇੱਕ ਮੋਟੀਵੇਸ਼ਨ ਰਹੇਗੀ ਤੇ ਅਸੀਂ ਉਸ तरीके ਦੇ ਨਾਲ ਜਿਹੜਾ ਹੈਗਾ ਲੈਕਚਰਸ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਜਾਂ ਲੈਕਚਰਸ ਹੋ ਵੱਧ ਤੋਂ ਵੱਧ ਲੈਕਚਰ ਤੁਹਾਡੇ ਸਾਹਮਣੇ ਤੁਹਾਨੂੰ ਪ੍ਰੋਵਾਈਡ ਕਰ ਪਾਵਾਂਗੇ ਤਾਂ ਫਟਵਰਡ ਲੈਕਚਰ ਨੂੰ ਦੇਖੋ ਲਾਈਕ ਜ਼ਰੂਰ ਕਰਦਿਆ ਕਰੋ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਮੈਂ ਗੱਲ ਕਰ ਰਿਹਾ ਪੁਰਾਣੇ ਪਿਛਲੇ ਜਿਹੜਾ ਲਾਸਟ ਲੈਕਚਰ ਡਿਸਕਸ ਕੀਤਾ ਗਰੋਥ ਦਾ ਜਿੰਦੇ ਵਿੱਚ ਆਪਾਂ ਗੱਲ ਕੀਤੀ ਓਨਲੀ ਫਿਜ਼ੀਕਲ ਗਰੋਥ ਦੀ ਡਿਵੈਲਪਮੈਂਟ ਆਪਾਂ 올 ਓਵਰ ਦੀ ਗੱਲ ਕੀਤੀ ਫਿਰ ਆਪਾਂ ਡਿਫਰੈਂਸ ਦੇਖੋ ਤੁਸੀਂ ਸਾਰੇ ਵਰਡਸ ਤੁਸੀਂ ਬੋਲਿਓ ਫਿਰ ਆਪਾਂ ਡਿਫਰੈਂਸ ਡਿਸਕਸ ਕੀਤਾ ਕਿ ਕੀ ਡਿਫਰੈਂਸ ਹੈ ਗਰੋਥ ਐਂਡ ਡਿਵੈਲਪਮੈਂਟ ਐਂਡ ਲਾਸਟ ਆਪਾਂ ਗੱਲ ਕੀਤੀ ਫੈਕਟਰਸ ਕਿੰਦੇ ਵਿੱਚ ਦੋ ਤਰ੍ਹਾਂ ਦੇ ਫੈਕਟਰਸ ਕਿਤੇ ਕਿਹੜੇ ਪਹਿਲਾ ਹੈਰਿਡੀਟੀ ਪਹਿਲਾ ਹੈਰਿਡੀਟੀ ਦੂਸਰਾ এনवायरमेंट ਦੂਸਰਾ ਕਿਹੜਾ ਸੀਗਾ এনवायरमेंट ਹੈਰਿਡੀਟੀ ਦੇ ਵਿੱਚ ਆਪਾਂ ਫੈਮਲੀ ਦੀ ਗੱਲ ਕੀਤੀ ਹੈਰਿਡੀਟੀ ਦੇ ਵਿੱਚ ਆਪਾਂ ਫੈਮਲੀਆਂ ਦੀ ਗੱਲ ਕੀਤੀ ਠੀਕ ਹੈ ਤੇ এনवायरमेंट ਦੇ ਵਿੱਚ ਆਪਾਂ ਓਵਰঅল ਸਾਰੇ ਕਨਸੈਪਟਸ ਨੂੰ ਲਰਨ ਕੀਤਾ ਇਹ ਤਾਂ ਸੀਗਾ ਆਪਣਾ ਫਰਸਟ ਵੀਡੀਓਜ਼ ਦੇ ਵਿੱਚ ਕਨਸੈਪਟ ਜਿਹੜਾ ਆਪਾਂ ਲੈਕਚਰ ਦੇ ਵਿੱਚ ਡਿਸਕਸ ਕੀਤਾ ਅੱਜ ਆਪਾਂ ਦੋ ਚੀਜ਼ਾਂ ਕਰਨੀਆਂ ਐ ਅੱਜ ਵਾਲੇ ਲੈਕਚਰ ਦੇ ਵਿੱਚ ਦੋ ਚੀਜ਼ਾਂ ਕਰਨੀਆਂ ਐ ਤੁਹਾਨੂੰ ਪਹਿਲਾਂ ਦੱਸਦਾ ਮੈਂ ਇੱਕ ਤਾਂ ਆਪਾਂ ਕਰਾਂਗੇ ਪ੍ਰਿੰਸੀਪਲਸ ਇੱਕ ਤਾਂ ਆਪਾਂ ਕਰਨੇ ਸਿਧਾਂਤ ਡਿਵੈਲਪਮੈਂਟ ਦੇ ਕਿਹੜੇ-ਕਿਹੜੇ ਸਿਧਾਂਤ ਹੈ ਡਿਵੈਲਪਮੈਂਟ ਕਿਹੜੇ-ਕਿਹੜੇ ਸਿਧਾਂਤਾਂ ਦੇ ਉੱਪਰ ਆਧਾਰਿਤ ਹੈ ਇਕ ਤਾਂ ਆਪਾਂ ਕਰਨਾ ਹੈ ਸਿਧਾਂਤ ਤੇ ਦੂਸਰੀ ਚੀਜ਼ ਦੂਸਰੀ ਚੀਜ਼ ਜਿਹੜੀ ਹੈਗੀ ਹੈ ਆਪਾਂ ਕੀ ਕਰਾਂਗੇ ਇਹਦੇ ਵਿੱਚ ਸਟੇਜਿਸ ਸਟੇਜਿਸ ਆਫ ਡਿਵੈਲਪਮੈਂਟ ਕਿਹੜੇ-ਕਿਹੜੇ ਪੜਾਅ ਵੈ ਹੁਣ ਤੁਹਾਨੂੰ ਸਟੇਜਿਸ ਵਾਲੀ ਗੱਲ ਮੈਂ ਤੁਹਾਨੂੰ ਪਹਿਲਾਂ ਥੋੜਾ ਜਿਹਾ ਡਿਸਕਸ ਕਰ ਲੈਣਾ ਥੋੜਾ ਤੁਹਾਨੂੰ ਦੱਸ ਦਿੰਨਾ ਹੈ ਕਿ ਅੱਜ ਵਾਲਾ ਲੈਕਚਰ ਕਿਸ ਤਰ੍ਹਾਂ ਨਾਲ ਆਪਾਂ ਡੀਲ ਕਰਾਂਗੇ ਸਟੇਜਿਸ ਦੋ ਤਰ੍ਹਾਂ ਦੀਆਂ ਆਪਾਂ ਕਰਾਂਗੇ ਇੱਕ ਤਾਂ ਹੋਏਗੀ ਜਿਹੜੀ ਕਿਸੇ ਸਾਈਕੋਲੋਜੀਸਟ ਕਿਸੇ ਸਾਈਕੋਲੋਜਿਸ ਦਾ ਨੇਮ ਲੈ ਕੇ ਪੁੱਛੀ ਜਾਏਗੀ ਕਿ ਅਕੋਰਡਿੰਗ ਟੂ ਰੋਸ ਅਕੋਰਡਿੰਗ ਟੂ ਰੋਸ ਕਿਹੜੀ ਸਟੇਜ ਕਿੰਨੀਆਂ ਸਟੇਜਿਸ ਹੈਗੀਆਂ ਅਕੋਰਡਿੰਗ ਟੂ ਅਕੋਰਡਿੰਗ ਟੂ ਆਰੈਕਸਨ ਕਿਹੜੀਆਂ ਸਟੇਜ ਹੈਗੀਆਂ ਠੀਕ ਹੈ ਤਾਂ ਇੱਕ ਤਾਂ ਆਪਾਂ ਗੱਲ ਕਰਾਂਗੇ ਜਿਹੜੀਆਂ ਕਿਸੇ ਪਰਸਨ ਦੇ ਨੇਮ ਤੇ ਹੋਣਗੀਆਂ ਜਿਵੇਂ ਆਪਾਂ ਰੋਸ ਦੀ ਗੱਲ ਕਰਦੇ ਆ ਠੀਕ ਹੈ ਆਪਾਂ ਆਰੈਕਸਨ ਦੀ ਗੱਲ ਕਰਦੇ ਆ ਠੀਕ ਹੈ ਆਪਾਂ ਪਿਆ ਜਿਹਦੀ ਗੱਲ ਕਰਦੇ ਆ ਠੀਕ ਐਕਸੈਟਰਾ ਜਿੰਨੇ ਵੀ ਹੋਰ ਵੀ ਪਰਸਨ ਹੈਗੇ ਆ ਉਹਨਾਂ ਦੇ ਅਨੁਸਾਰ ਗੱਲ ਕਰਾਂਗੇ ਮੈਂ ਤੁਹਾਨੂੰ ਫੇਰ ਕਹ ਰਿਹਾ ਜਦੋਂ ਕਿਸੇ ਪਰਸਨ ਦਾ ਨਾਮ ਹੋਵੇ ਤਾਂ ਮੈਂ ਆਪਣੀ ਸੈਲਫ ਪਰਸੈਪਸ਼ਨ ਨਹੀਂ ਦੱਸ ਸਕਦਾ ਆਪਣੀ ਸੈਲਫ ਪਰਸੈਪਸ਼ਨ ਨਹੀਂ ਰੱਖ ਸਕਦਾ ਕਿ ਇੰਨੀਆਂ ਹੋਣ ਗਿਆ ਫਿਰ ਮੈਨੂੰ ਯਾਦ ਹੀ ਕਰਨਾ ਪਏਗਾ ਕਿ ਇਸ ਬੰਦੇ ਨੇ ਇਸ ਪਰਸਨ ਨੇ ਇਹਨੂੰ ਕਿੰਨੇ ਪਾਰਟਸ ਦੇ ਵਿੱਚ ਵੰਡਿਆ ਜਾਂ ਕਿੰਨੀਆਂ ਸਟੇਜਸ ਵੰਡਿਆ ਦੂਸਰਾ ਹੋਏਗਾ ਨਾਰਮਲ ਜਦੋਂ ਤੁਹਾਨੂੰ ਕੋਈ ਪਰਸਨ ਦਾ ਨਾਮ ਨਹੀਂ ਆਇਆ ਤਾਨੂੰ ਕੋਈ ਨੇਮ ਨਹੀਂ ਆਇਆ ਕਿ ਇਸ ਪਾਰਟਿਕੂਲ ਪਰਸਨ ਦਾ ਨਾਮ ਦੱਸੋ ਇਸ ਪਰਸਨ ਦੇ ਅਕੋਰਡਿੰਗ ਤੁਹਾਨੂੰ ਨੋਰਮਲ ਆਇਆ ਹੈ ਸਟੇਜਿਸ ਆਉ ਡਵੈਲਪਮੈਂਟ ਤਾਂ ਆਪਾਂ ਉਦੋਂ ਚਾਰ ਤਰ੍ਹਾਂ ਦੀਆਂ ਸਟੇਜਿਸ ਨੂੰ ਡਿਫਾਈਨ ਕਰਾਂਗੇ ਇਹ ਅੱਜ ਵਾਲੇ ਲੈਕਚਰ ਦੇ ਵਿੱਚ ਆਪਾਂ ਸਮਝਾਂਗੇ ਠੀਕ ਹੈ ਤਾਂ ਲੈਕਚਰ ਨੂੰ ਫਰਮ ਲਾਈਕ ਸ਼ੇਅਰ ਜ਼ਰੂਰ ਕਰੀ ਚੱਲੋ ਕਮੈਂਟਸ ਜ਼ਰੂਰ ਕਰਿਆ ਕਰੋ ਬੋਲ ਲਿ ਜਾਇਆ ਕਰੋ ਕੀ ਕੁਝ ਹੈ ਕਿਸੇ ਨੂੰ ਪਤਾ ਹੈ ਰੋਸ ਨੇ ਕਿੰਨੇ ਪਾਰਟ ਚ ਵੰਡੇ ਆ ਇਸੇ ਨੂੰ ਜੇ ਪਤਾ ਹੈਗਾ ਰੋਸ ਨੇ ਕਿੰਨੇ ਪਾਰਟਸ ਵਿੱਚ ਵੰਡਿਆ ਹੈ 스테जेस ਆਫ ਡਵੈਲਪਮੈਂਟ ਨੂੰ ਤਾਂ ਮੈਨੂੰ ਕਲੀਅਰ ਕਰੋ ਦੱਸੋ ਕਿੰਨੇ ਪਾਰਟਸ ਵੰਡੇ ਆ ਰੋਸ ਨੇ ਵਾਈਗੋਸਕੀ ਵਾਈਗੋਸਕੀ ਆਪਾਂ ਸਾਈਕੋਸੋਸ਼ੀਅਲ ਸਾਈਕੋਸੋਸ਼ੀਅਲ ਸੋਸ਼ੀਓ ਕਲਚਰਲ ਥਿਊਰੀ ਕਰਾਂਗੇ ਆਪਾਂ ਵਾਈਗੋਸਕੀ ਦੀ ਠੀਕ ਹੈ ਮੈਨੂੰ ਫਟਾਫਟ ਦੱਸੋ ਕਿ ਰੋਸ ਨੇ ਜੇ ਕਿਸੇ ਨੂੰ ਪਤਾ ਹੈ ਤੁਹਾਡੇ ਚੋਂ ਕਿ ਰੋਸ ਨੇ ਕਿੰਨੇ ਪਾਰਟ ਦੇ ਵਿੱਚ ਸਟੇਜਿਸ ਨੂੰ ਵੰਡਿਆ ਹੈ ਤਾਂ ਮੈਨੂੰ ਫਟਾਫਟ ਚੈਟ ਬਾਕਸ ਦੇ ਵਿੱਚ ਕਮੈਂਟ ਕਰੋ ਲੈਕਚਰ ਦੇਖੋ ਸਾਈਕੋਲੋਜੀ ਜਿਹੜਾ ਜਿਹੜਾ ਤੁਹਾਡਾ ਪਾਰਟ ਹੈ ਫਿਲਾਸਫੀ ਵਾਲਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਫਿਲਾਸਫੀ ਵਾਲਾ ਪਾਰਟ ਹੈ ਨਾ ਇਹ ਤੁਹਾਨੂੰ ਯਾਦ ਕਰਨਾ ਪਏਗਾ ਫਿਲਾਸਫੀ ਵਾਲਾ ਪਾਰਟ ਤੁਹਾਨੂੰ ਸਾਰਾ ਯਾਦ ਕਰਨਾ ਪਏਗਾ ਮਹਾਤਮਾ ਕਾਂਧੀ ਜਨਮ ਕਦੋਂ ਹੋਇਆ ਠੀਕ ਹੈ ਕਿਹੜੀ ਕਿਹੜੀ ਬੁੱਕਸ ਲਿਖੀਆਂ ਟੀਚਰ ਦੇ ਲਈ ਉਹਨਾਂ ਦੀ ਕੀ ਪਰਸੈਪਸ਼ਨ ਸੀ ਸਟੂਡੈਂਟਸ ਲਈ ਕੀ ਪਰਸੈਪਸ਼ਨ ਸੀ ਪਰ ਜਿਹੜਾ ਪਾਰਟ ਸਾਈਕੋਲੋਜੀ ਵਾਲਾ ਠੀਕ ਹੈ ਨਾ ਤੁਹਾਨੂੰ ਅਲੱਗ-ਅਲੱਗ ਪਾਰਟ ਹੈ ਸਾਈਕੋਲੋਜੀ ਵਾਲਾ ਜਿਹੜਾ ਪਾਰਟ ਹੈ ਉਹ ਤੁਹਾਨੂੰ ਅੰਡਰਸਟੈਂਡ ਕਰਨਾ ਪਏਗਾ ਤੁਹਾਨੂੰ ਚੀਜ਼ ਨੂੰ ਸਮਝਣਾ ਪਏਗਾ ਕਿ ਦੇ ਵਿੱਚ ਕਾਦੀ ਗੱਲ ਕੀਤੀ ਗਈ ਹੈ ਕਿਸ ਚੀਜ਼ ਦੇ ਵਿੱਚ ਕਿਸ ਚੀਜ਼ ਦੀ ਗੱਲ ਕੀਤੀ ਗਈ ਹੈ ਕਲੀਅਰ ਤਾਂ ਹੁਣ ਆਪਾਂ ਟਾਈਮ ਵੇਸ ਨੀ ਕਰਦੇ ਆਪਾਂ ਫਰਦਰ ਲੈਕਚਰ ਨੂੰ ਸ਼ੁਰੂ ਕਰਦੇ ਆਂ ਅੱਜ ਵਾਲਾ ਜਿਹੜਾ ਪਹਿਲਾ ਪਾਰਟ ਹੈ ਪ੍ਰਿੰਸੀਪਲਸ ਠੀਕ ਹੈ ਸਿਧਾਂਤ ਤਾ ਪ੍ਰਿੰਸੀਪਲ ਨੂੰ ਸਮਝਦੇ ਆ ਉਸ ਤੋਂ ਪਹਿਲਾਂ ਦੇਖੋ ਉਹ ਕੀ ਕਹਿੰਦੇ ਆ ਕਿ ਦਾ ਪ੍ਰੋਸੈਸ ਆਫ ਡਵੈਲਪਮੈਂਟ ਇਜ਼ ਵੈਰੀ ਵਾਈਡਰ ਮਤਲਬ ਇਹ ਤੁਹਾਨੂੰ ਮੈਂ ਦੱਸਣਾ ਜਾਨਾ ਹੈ ਕਿ ਆਪਾਂ ਪ੍ਰਿੰਸੀਪਲ ਕਿਉਂ ਪੜਦੇ ਆ ਕਿਉਂਕਿ ਕਹਿੰਦੇ ਕਿ ਜਿਹੜਾ ਡਵੈਲਪਮੈਂਟ ਦਾ ਪ੍ਰੋਸੈਸ ਹੈ ਨਾ ਉਹ ਬੜਾ ਵਾਈਡਰ ਹੈ ਠੀਕ ਹੈ ਵਾਈਡਰ ਹੈ ਕੰਪਲੀਟ ਐਂਡ ਕੰਟੀਨਿਊ ਹੈ ਜਿਸ ਕਰਕੇ ਸਾਨੂੰ ਹਾਂਜੀ ਜਸਪਾਲ ਕੋ ਬਿਲਕੁਲ ਠੀਕ ਹੈ ਰੋਸ ਨੇ ਚਾਰ ਸਟੇਜਸ ਦੀ ਗੱਲ ਕੀਤੀ ਹੈ ਮੈਨੂੰ ਫਟਾਫਟ ਚੈਟ ਬਾਕਸ ਦੱਸ ਵੀ ਦਿਓ ਕਿਹੜੀ ਕਿਹੜੀ ਸਟੇਜਸ ਹੈ ਠੀਕ ਤਾਂ ਕਹਿੰਦੇ ਪ੍ਰਿੰਸੀਪਲਸ ਕਿਉਂ ਪੜ ਰਹੇ ਆ ਕਿਉਂਕਿ ਇਹਦਾ ਬੜਾ ਡਵੈਲਪਮੈਂਟ ਦਾ ਜਿਹੜਾ ਸਕੋਪ ਹੈ ਉਹ ਬੜਾ ਵਾਈਡਰ ਹੈ ਬੜਾ ਵਾਈਡਰ ਹੈ ਇਸ ਕਰਕੇ ਅਮਨ ਪ੍ਰਿੰਸੀਪਲ ਪੜਨੇ ਪੈ ਰਹੇ ਆ ਜਿੰਦੇ ਵਿੱਚ ਸਭ ਤੋਂ ਪਹਿਲਾ ਪ੍ਰਿੰਸੀਪਲ ਸਭ ਤੋਂ ਪਹਿਲਾ ਪ੍ਰਿੰਸੀਪਲ ਦੀ ਮੈਂ ਗੱਲ ਕਰ ਰਿਹਾ ਪ੍ਰਿੰਸੀਪਲ ਆਫ ਕੰਟੀਨਿਉਟੀ ਮੈਨੂੰ ਫਟਾਫਟ ਚੈਟ ਬਾਕਸ ਦੱਸੋ ਕੀ ਹੋਏਗਾ ਕੰਟੀਨਿਉਟੀ ਲਗਾਤਾਰ ਦਾ ਸਿਧਾਂਤ ਠੀਕ ਹੈ ਕੰਟੀਨਿਉਟੀ ਪ੍ਰਿੰਸੀਪਲ ਆਫ ਕੰਟੀਨਿਉਟੀ ਕੋਈ ਮੈਨੂੰ ਡਿਫਾਈਨ ਕਰ ਸਕਦਾ ਹੈ ਪ੍ਰਿੰਸੀਪਲ ਆਫ ਕੰਟੀਨਿਉਟੀ ਨੂੰ ਕਹਿੰਦੇ ਪਹਿਲਾ ਸਿਧਾਂਤ ਕੀ ਹੈ ਕਿ ਪ੍ਰਿੰਸੀਪਲ ਜਿਹੜਾ ਜਿਹੜਾ ਡਵੈਲਪਮੈਂਟ ਹੈ ਇਹ ਵੌਮ ਤੋਂ ਟੋ ਮਤਲਬ ਜਨਮ ਤੋਂ ਲੈ ਕੇ ਮੌਤ ਤੱਕ ਚਲਦੀ ਰਹਿੰਦੀ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਇਹ ਮੈਂ ਪ੍ਰਿੰਸੀਪਲਸ ਕਿਉਂ ਕੇ ਬਾਰੇ ਹਰੇਕ ਨੂੰ ਯਾਦ ਹੋਣਗੇ ਪ੍ਰਡਿਕਟ ਕਰ ਸਕਦੇ ਆ ਵੌਮ ਟੂ ਆਪਾਂ ਕਹਿੰਦੇ ਜਨਮ ਤੋਂ ਮੌਤ ਤੱਕ ਚੱਲਦਾ ਹੈ ਠੀਕ ਹੈ ਨਾ ਤਾਂ ਇਹ ਚੀਜ਼ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਕਿਉਂਕਿ ਤੁਹਾਡੇ ਪੇਪਰ ਦੇ ਵਿੱਚ ਇੱਕ ਨਵੀਂ ਚੀਜ਼ ਐਡ ਕੀਤੀ ਗਈ ਹੈ ਐਜੂਕੇਸ਼ਨਲ ਇੰਪਲੀਮੈਂਟੇਸ਼ਨ ਕਿ ਆਪਾਂ ਇਹਨਾਂ ਨੂੰ ਕਿਹੜੇ-ਕਿਹੜੇ ਪਾਰਟਸ ਦੇ ਕਿਹੜੀ-ਕਿਵੇਂ-ਕਿਵੇਂ ਆਪਾਂ এডੂਕੇਸ਼ਨ ਇਮਪਲੀਕੇਸ਼ਨ ਹੋਣਗੀਆਂ ਤਾਂ ਉਹ এডੂਕੇਸ਼ਨ ਇਮਪਲੀਕੇਸ਼ਨ ਸਮਝਣ ਦੇ ਲਈ ਤੁਹਾਨੂੰ ਕੱਲਾ-ਕੱਲਾ ਪੁਆਇੰਟ ਸਮਝਣਾ ਜ਼ਰੂਰੀ ਹੈ ਕਿਉਂਕਿ ਹੁਣ ਮੈਂ ਕਹਤਾ ਪ੍ਰਿੰਸੀਪਲ ਆਫ ਕੰਟੀਨਿਉਟੀ ਜਦੋਂ ਮੈਂ ਤੁਹਾਨੂੰ ਇਹਦਾ ਕਰਵਾਉਂਗਾ এডੂਕੇਸ਼ਨ ਇਮਪਲੀਕੇਸ਼ਨ ਕਰਵਾਉਂਗਾ ਤਾਂ ਦੱਸੂਗਾ ਕਿ ਪ੍ਰਿੰਸੀਪਲ ਆਫ ਕੰਟੀਨਿਉਟੀ ਦਾ এডੂਕੇਸ਼ਨ ਦੇ ਵਿੱਚ ਕੀ ਬੈਨੀਫਿਟ ਹੈ ਮੈਂ ਤੁਹਾਨੂੰ ਪੁਆਇੰਟ ਕਰਵਾ ਰਿਹਾ ਪ੍ਰਿੰਸੀਪਲ ਆਫ ਡਿਵੈਲਪਮੈਂਟ ਡਾਇਰੈਕਸ਼ਨਸ ਇਹਦਾ ਤੁਹਾਨੂੰ ਮੈਂ ਦੱਸੂਗਾ ਕਿ ਇਹਦਾ এডਿਕੇਸ਼ਨ ਦੇ ਵਿੱਚ ਕੀ ਇੰਪਲੀਮੈਂਟੇਸ਼ਨ ਹੈ ਉਹ ਸਾਰਾ ਚੀਜ਼ਾਂ ਆਪਾਂ ਸਮਝਾਣੀ ਹੈ ਉਸ ਤੋਂ ਪਹਿਲਾਂ ਉਹਨੂੰ ਸਮਝਣ ਤੋਂ ਪਹਿਲਾਂ ਐਜੂਕੇਸ਼ਨਲ ਇੰਪਲੀਮੈਂਟੇਸ਼ਨ ਸਮਝਣ ਤੋਂ ਪਹਿਲਾਂ ਤੁਹਾਨੂੰ ਇੱਕ ਕਨਸੈਪਟ clear ਹੋਣਾ ਚਾਹੀਦਾ ਹੈ ਕਿ ਇਹਨੂੰ ਕੰਟੀਨਿਉਟੀ ਕਿਉਂ ਬੋਲਦੇ ਆ ਜਾਂ ਲਗਾਤਾਰ ਦਾ ਸਿਧਾਂਤ ਕੀ ਹੁੰਦਾ ਹੈ ਕੰਟੀਨਿਉਟੀ ਦਾ ਸਿਧਾਂਤ ਕੀ ਹੁੰਦਾ ਤਾਂ ਮੈਨੂੰ ਕੋਈ ਦੱਸ ਸਕਦਾ ਹੈ ਪਲੀਜ਼ ਚੈਟ ਬਾਕਸ ਵਿੱਚ ਬੋਲੋ ਰੋਜੀ ਬਿਲਕੁਲ ਠੀਕ ਹੈ ਜੀ ਇਨਫੈਂਸੀ अर्ਲੀ ਗਲਤ ਅਡਲਟ ਗਲਤ ਬੋਲ ਗਏ

ਕਿ ਜਨਮ ਤੋਂ ਲੈ ਕੇ ਮੌਤ ਤੱਕ ਜਨਮ ਤੋਂ ਲੈ ਕੇ ਮੌਤ ਤੱਕ ਬੰਦੇ ਦਾ ਵਿਕਾਸ ਬੱਚੇ ਦਾ ਵਿਕਾਸ ਜਿਹੜਾ ਹੈਗਾ ਲਗਾਤਾਰ ਹੁੰਦਾ ਰਹਿੰਦਾ ਹੈ ਤਾਂ ਸਾਲਾ ਪਹਿਲਾ ਸਿਧਾਂਤ ਕੀ ਹੈ ਕੰਟੀਨਿਉਟੀ ਸੈਕਿੰਡ ਪ੍ਰਿੰਸੀਪਲ ਆਫ ਡਵੈਲਪਮੈਂਟ ਡਾਇਰੈਕਸ਼ਨ ਹੁਣ ਡਾਇਰੈਕਸ਼ਨ ਦੀ ਗੱਲ ਹੋ ਰਹੀ ਹੈ ਤਾਂ ਮੈਂ ਦੋ ਤਰ੍ਹਾਂ ਦੀ ਡਾਇਰੈਕਸ਼ਨ ਦੀ ਗੱਲ ਕਰਾਂਗਾ ਇਹਦੇ ਵਿੱਚ ਦੋ ਤਰ੍ਹਾਂ ਦੀ ਗੱਲ ਕਰਾਂਗੇ ਇੱਕ ਹੈਗਾ ਸਫੈਲੋਕੈਡਿਊਲ ਸਫੈਲੋਕੈਡਿਊਲ ਦੂਸਰਾ ਹੈ ਪ੍ਰੋਕਸੀਮਲ ਡਿਸਟਲ ਚੀਨ ਨੂੰ ਧਿਆਨ ਨਾਲ ਸਮਝ ਲਿਓ ਇਹ ਦੋਨੋਂ ਕਨਸੈਪਟ ਬੜੇ ਇੰਪੋਰਟੈਂਟ ਹੈ ਤੇ ਪੇਪਰ ਦੇ ਵਿੱਚ ਪੇਪਰ ਦੇ ਵਿੱਚ ਆਉਣ ਵਾਲੇ ਕਨਸੈਪਟ ਹੈ ਵਾਲੇ ਕਿ ਪ੍ਰੋਕਸੀਮਲ ਡਿਸਟਲ ਕੀ ਹੁੰਦਾ ਹੈ ਤੇ ਪ੍ਰੋਕਸੀਮਲ ਡਿਸਟਲ ਕੀ ਹੁੰਦਾ ਹੈ ਸਫੈਲੋ ਕੈਡੂਲ ਕੀ ਹੁੰਦਾ ਹੈ ਤਾਂ ਮੈਨੂੰ ਕੋਈ ਦੱਸ ਸਕਦਾ ਹੈ ਸਫੈਲੋ ਦਾ ਮਤਲਬ ਕੀ ਹੁੰਦਾ ਹੈ ਆਡਾ ਵਰਡ ਹੈ ਸਫੈਲੋ ਇਹਦਾ ਮਤਲਬ ਕੀ ਹੁੰਦਾ ਹੈ ਸਫੈਲੋ ਮਤਲਬ लेटर अर्ली चाइल्डहुड हां जी अर्ली चाइल्डहुड ਦੀ ਗੱਲ ਕੀਤੀ ਹੈ ਤੇ ਲੇਟਰ ਚਾਈਲਡਹੂਡ ਦੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ हां जी ਕੋਈ ਮੈਨੂੰ ਦੱਸ ਸਕਦਾ ਹੈ ਕਿ ਕੱਲੇ ਸਫੈਲੋ ਮੈਂ ਕੋਈ मीनिंग ਨਹੀਂ ਪੁੱਛ ਰਿਹਾ ਮੈਂ ਸਿਰਫ ਵਰਡ ਦਾ ਮੈਂ ਤੁਹਾਨੂੰ ਇੱਕ ਸਿਰਫ ਵਰਡ ਪੁੱਛ ਰਿਹਾ ਕਿ ਆ ਵਰਡ ਹੈ ਸਫੈਲੋ ਇਹਦਾ ਮਤਲਬ ਕੀ ਹੁੰਦਾ ਕਿਸੇ ਨੂੰ ਕੋਈ ਕਲੀਅਰ ਹੈ ਕਿ ਸਫੈਲੋ ਕੋਰਡਲ ਦੇ ਵਿੱਚ ਹੈਡ ਟੂ ਟੋ ਮਤਲਬ ਮੈਂ ਪਹਿਲਾਂ ਤੁਹਾਨੂੰ ਫੇਰ ਪੁੱਛ ਕੇ ਰਿਹਾ ਨਿਰੂ ਬਿਲਕੁਲ ਠੀਕ ਕਹਿ ਰਹੇ ਤੁਸੀਂ ਪਰ ਮੈਂ ਪੁੱਛ ਰਿਹਾ ਸਫੈਲੋ ਦਾ ਮਤਲਬ ਕੀ ਹੁੰਦਾ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਫੈਲੋਕੋਰਡਲ ਦਾ ਮਤਲਬ ਕੀ ਹੁੰਦਾ ਹੈ ਕਿ ਸਿਰ ਤੋਂ ਪੈਰ ਵੱਲ ਖੋਪੜੀ ਹਾਂਜੀ ਸਿਰ ਦੀ ਗੱਲ ਹੋ ਰਹੀ ਹੈ ਵੈਰੀ ਗੁੱਡ ਠੀਕ ਹੈ ਨਾ ਤਾਂ ਸਫੈਲੋ ਮਤਲਬ ਸਿਰ ਦੀ ਗੱਲ ਹੋ ਰਹੀ ਹੈ ਖੋਪੜੀ ਦੀ ਗੱਲ ਹੋ ਰਹੀ ਹੈ ਇੱਥੋਂ ਯਾਦ ਰੱਖਿਓ ਸੀ ਤੋਂ ਸਫੈਲੋ ਸੀ ਤੋਂ ਸਿਰ ਠੀਕ ਹੈ ਤਾਂ ਦੈਟ ਮੀਨਸ ਇਹ ਕੀ ਕਹਿ ਰਿਹਾ ਹੈ ਕਿ ਬੱਚੇ ਦਾ ਜਿਹੜਾ ਵਿਕਾਸ ਹੈ ਉਹ ਕਿੱਥੋਂ ਹੁੰਦਾ ਹੈ ਸਿਰ ਤੋਂ ਲੈ ਕੇ ਸਿਰ ਤੋਂ ਲੈ ਕੇ ਪੈਰ ਵੱਲ ਮਤਲਬ ਜਦੋਂ ਬੱਚੇ ਦਾ ਜਨਮ ਹੁੰਦਾ ਹੋਂ ਦੇਖੋ ਇਹਦੇ ਵਿੱਚ ਮੈਂ ਕਿਹੜੇ ਟਾਈਮ ਪੀਰੀਅਡ ਦੀ ਗੱਲ ਕਰ ਰਿਹਾ ਹਾਂ ਪ੍ਰੀਨੈਟਲ ਜਨਮ ਤੋਂ ਪਹਿਲਾਂ ਮਤਲਬ ਜਦੋਂ ਬੱਚਾ ਪ੍ਰੈਗਨਨਸੀ ਪੀਰੀਅਡ ਦੇ ਵਿੱਚ ਹੈਗਾ ਜਦੋਂ ਬੱਚਾ ਮਾਤਾ ਦੇ ਗਰਭ ਦੀ ਅਵਸਥਾ ਦੇ ਵਿੱਚ ਹੈਗਾ ਉਸ ਸਮੇਂ ਬੱਚੇ ਦਾ ਸਭ ਤੋਂ ਪਹਿਲਾਂ ਕੀ ਵਿਕਸਿਤ ਹੁੰਦਾ ਹੈ ਤਾਂ ਸਵੈਲੋ ਗੈਡਲ ਵਾਲੇ ਕੀ ਮੰਨਦੇ ਹੈ ਕਿ ਸਭ ਤੋਂ ਪਹਿਲਾਂ ਕੀ ਬਣਦਾ ਹੈ ਜੀ ਸਿਰ ਬਣਦਾ ਹੈ ਪਹਿਲਾਂ ਸਿਰ ਬੰਦ ਹੈ ਫਿਰ ਉੱਪਰ ਤੋਂ ਲੈ ਕੇ ਥੱਲੇ ਵੱਲ ਨੂੰ ਬਾਡੀ ਨੂੰ ਮੈਂਟੇਨ ਨਾਲ ਹੀ ਤਾਂ ਅੰਦਰ ਬੰਦ ਹੈ ਮ</body> ਨੂੰ ਮੈਂਟੇਨ ਕਰਨਾ ਸਿੱਖਦਾ ਹੈ ਤੇ ਬੱਚਾ ਉੱਪਰ ਤੋਂ ਲੈ ਕੇ ਥੱਲੇ ਵੱਲ ਨੂੰ ਬੱਚਾ ਕੀ ਕਰਦਾ ਹੈ ਡਿਵੈਲਪ ਕਰਦਾ ਹੈ ਮੈਂ ਫੇਰ ਬੋਲ ਰਿਹਾ ਇਹ ਮੈਂ ਜਨਮ ਤੋਂ ਬਾਅਦ ਦੀ ਗੱਲ ਨਹੀਂ ਕਰ ਰਿਹਾ ਜਨਮ ਤੋਂ ਬਾਅਦ ਦੀ ਗੱਲ ਨਹੀਂ ਕਰ ਰਿਹਾ ਇਹ ਮੈਂ ਗੱਲ ਕਿੰਦੀ ਕਰ ਰਿਹਾ ਜਨਮ ਤੋਂ ਪਹਿਲਾਂ ਜਦੋਂ ਬੱਚੇ ਦਾ ਹਜੇ ਦਵਰਥ ਨਹੀਂ ਹੋਇਆ ਜਨਮ ਤੋਂ ਪਹਿਲਾਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੈਗਾ ਉਸ ਸਮੇਂ ਸਭ ਤੋਂ ਪਹਿਲਾਂ ਬੱਚੇ ਦਾ ਕਿਹੜਾ ਪਾਰਟ ਡਿਵੈਲਪ ਹੁੰਦਾ ਹੈ ਤਾਂ ਉਹ ਸਵੇਲੋ ਕੈਡਲ ਵਾਲੇ ਕੀ ਬੋਲਦੇ ਐ ਕਿ ਪਹਿਲਾਂ ਜੀ ਸਿਰ ਬੰਦ ਹੈ ਪਹਿਲਾਂ ਕੀ ਬੰਦ ਹੈ ਸਿਰ ਤੇ ਉੱਪਰ ਤੋਂ ਲੈ ਕੇ ਨੀਚੇ ਤੱਕ ਦੀ ਬੱਚੇ ਦੀ ਡਿਵੈਲਪਮੈਂਟ ਹੁੰਦੀ ਹੈ ਬਿਲਕੁਲ ਠੀਕ ਹੈ ਜੀ ਸਿਰ ਤੋਂ ਪੈਰ ਵੈਰੀ ਗੁੱਡ ਠੀਕ ਹੈ ਸਸੀ ਸੀ ਤੇ ਯਾਦ ਰੱਖਿਓ ਸਸੇ ਤੇ ਸਿਰ ਸੀ ਤੋਂ ਸਵੇਲੋ ਸੀ ਤੋਂ ਸਵੇਲੋ ਸੀ ਤੋਂ ਸਿਰ ਯਾਦ ਰੱਖ ਲਿਓ ਆਪਣਾ ਕਨਸੈਪਟ ਬਣਾ ਲਿਓ ਹਰ ਵਾਰ ਪੇਪਰ ਦੇ ਵਿੱਚ ਇਹ ਕਨਸੈਪਟ ਜ਼ਰੂਰ ਆਉਣਾ ਹੁੰਦਾ ਹੈ ਨੈਕਸਟ ਹੈਗਾ ਪ੍ਰੋਕਸੀਮੋ ਡਿਸਟਲ ਨੈਕਸਟ ਹੈਗਾ ਪ੍ਰੌਕਸਿਮੋ ਡਿਸਟਲ ਪ੍ਰੌਕਸਿਮੋ ਡਿਸਟਲ ਕਹਿੰਦੇ ਨਹੀਂ ਪ੍ਰੌਕਸਿਮੋ ਡਿਸਟਲ ਵਾਲੇ ਕਹਿੰਦੇ ਨਹੀਂ ਜੀ ਕਹਿੰਦੇ ਸਭ ਤੋਂ ਪਹਿਲਾਂ ਬੱਚੇ ਦਾ ਸਿਰ ਨਹੀਂ ਬੰਦਾ ਸਭ ਤੋਂ ਪਹਿਲਾਂ ਬੱਚੇ ਦਾ ਸਿਰ ਨਹੀਂ ਬੰਦਾ ਇਹਨਾਂ ਨੇ ਕਾਦੀ ਗੱਲ ਕੀਤੀ ਪੇਟ ਦੀ ਗੱਲ ਕੀਤੀ ਇਹਨਾਂ ਨੇ ਕਾਦੀ ਗੱਲ ਕੀਤੀ ਸੈਂਟਰ ਪਾਰਟ ਦੀ ਗੱਲ ਕੀਤੀ ਜਾਂ ਇਹਨਾਂ ਨੇ ਕਾਦੀ ਗੱਲ ਕੀਤੀ ਹੈ ਸਪਾਇਨਲ ਕੋਡ ਰੀਡ ਦੀ ਹੱਡੀ ਦੇਖੋ ਇਹਦੇ ਵਿੱਚ ਕੀ ਆਏਗਾ ਜਾਂ ਤਾਂ ਤੁਹਾਡਾ ਸੈਂਟਰ ਪਾਰਟ ਲਿਖਿਆ ਹੋਏਗਾ ਜਾਂ ਤੁਹਾਡਾ ਜਿਹੜਾ ਹੈਗਾ ਸਪਾਇਨਲ ਕੋਡ ਰੀਡ ਰੀਡ ਦੀ ਹੱਡੀ ਕਿ ਕਿੰਨਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਬੱਚੇ ਦੀ ਰੀਡ ਦੀ ਹਾਂਜੀ ਸੈਂਟਰਲ ਪਾਰਟ ਦੀ ਗੱਲ ਕੀਤੀ ਹੋਏਗੀ ਜਾਂ ਤੁਹਾਡੇ ਪੇਟ ਦੀ ਗੱਲ ਕੀਤੀ ਹੋਏਗੀ ਜਾਂ ਰੀਡ ਦੀ ਹੱਡੀ ਸਪਾਇਨਲ ਜਿਹਨੂੰ ਇੰਗਲਿਸ਼ ਚ ਬੋਲਦੇ ਐ ਸਪਾਇਨਲ ਕੋਡ ਕਿ ਕਿਹਨੇ ਕਿਹਾ ਕਿ ਕਿੰਨਾ ਨੇ ਕਿਹਾ ਕਿ ਬੱਚੇ ਦਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਪਾਇਨਲ ਕੋਡ ਡਿਵੈਲਪ ਹੁੰਦਾ ਹੈ ਜਾਂ ਸੈਂਟਰਲ ਪਾਰਟ ਡਿਵੈਲਪ ਹੁੰਦਾ ਹੈ ਤਾਂ ਉਹ ਕੌਣ ਸੀਗੇ ਪ੍ਰੋਕਸੀ ਮੋਡਿਸਟਲ ਪ੍ਰੋਕਸੀਮੋਡਿਸਟਲ ਪੀ ਤੋਂ ਪ੍ਰੋਕਸੀ ਪੀ ਤੋਂ ਪੇਟ ਠੀਕ ਹੈ ਪੀ ਤੋਂ ਪ੍ਰੌਕਸੀ ਪੀ ਤੋਂ ਪੇਟ ਮੈਂ ਦੁਬਾਰਾ ਬੋਲ ਰਿਹਾ ਇਹਨਾਂ ਨੇ ਗੱਲ ਕੀ ਕੀਤੀ ਦੇਖੋ ਇਹਨਾਂ ਨੇ ਇਹਨਾਂ ਲਈ ਵਰਡ ਹੀ ਖੋਰ ਆਉਂਦਾ ਜਰਨਲ ਟੂ ਸਪੈਸਿਫਿਕ ਵੀ ਆਉਂਦਾ ਹੁੰਦਾ ਵਰਡ ਪੇਪਰ ਦੇ ਵਿੱਚ ਕੀ ਪੁਆਇੰਟਸ ਆ ਸਾਨੂੰ ਪੇਪਰ ਸਿੱਧਾ ਕੁਸ਼ਣ ਆਇਆ ਨਾ ਹੁੰਦਾ ਇਹਨਾਂ ਨੇ ਬੈਕਬੋਨ ਕਹਿ ਲਓ ਸਪਾਈਨਲ ਕੋਡ ਕਹਿ ਲਓ ਠੀਕ ਹੈ ਨਾ ਕੁਝ ਵੀ ਤੁਸੀਂ ਵਰਡ ਇਹਨਾਂ ਦੇ ਲਈ ਵਰਡ ਆ ਸਕਦਾ ਹੈ ਜਰਨਲ ਟੂ ਸਪੈਸਿਫਿਕ ਮਤਲਬ ਦੇਖੋ ਇਹਨਾਂ ਨੇ ਕੀ ਸਮਝਾਇਆ ਕਿ ਸਭ ਤੋਂ ਪਹਿਲਾਂ ਉਹਦੇ ਹੱਥ ਬਣਨਗੇ ਸਭ ਤੋਂ ਪਹਿਲਾਂ ਉਹਦੇ ਹੱਥ ਬਣਨਗੇ ਫਿੰਗਰਸ ਬਾਅਦ ਚ ਬਣਨਗੇ ਠੀਕ ਹੈ ਇਹਨਾਂ ਨੇ ਕੀ ਕਿਹਾ ਸਭ ਤੋਂ ਪਹਿਲਾਂ ਬੱਚੇ ਦਾ ਸੈਂਟਰਪਾਰਟ ਬੰਦਾ ਹੈ ਇਧਰ ਬੱਚਾ ਇਧਰ ਡਵੈਲਪ ਹੋ ਜਾਂਦਾ ਹੈ ਇਧਰ ਉਹ ਬੱਚਾ ਇਧਰ ਡਵੈਲਪ ਹੋ ਜਾਂਦਾ ਤਾਂ ਇਹ ਗੱਲ ਕਿਹਨੇ ਕੀਤੀ ਹੈ ਪ੍ਰੋਕਸੀਮੋ ਡਿਸਟਲ ਨੇ ਕੀਤੀ ਹੈ ਮੈਂ ਫਿਰ ਤੁਹਾਨੂੰ ਇੱਕ ਗੱਲ ਦੁਬਾਰਾ ਬੋਲ ਰਿਹਾ ਕਿ ਇਹ ਕਿਹੜੇ ਟਾਈਮ ਪੀਰੀਅਡ ਦੀ ਗੱਲ ਹੋ ਰਹੀ ਹੈ ਕਿਹੜੇ ਟਾਈਮ ਪੀਰੀਅਡ ਦੀ ਗੱਲ ਹੋ ਰਹੀ ਹੈ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੈ ਠੀਕ ਹੈ ਮੈਂ ਆਫਟਰ ਬਰਥ ਦੀ ਗੱਲ ਨਹੀਂ ਕਰ ਰਿਹਾ ਮੈਂ ਬਿਫੋਰ ਬਰਥ ਦੀ ਗੱਲ ਕਰ ਰਿਹਾ ਕਿ ਪ੍ਰੋਕਸੀਮੋ ਡਿਸਟਲ ਤੇ ਫੈਲੋ ਕੈਡਿਊਲ ਦੋਨਾਂ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਬਿਫੋਰ ਬਰਥ ਜਦੋਂ ਬੱਚਾ ਜਨਮ ਨਹੀਂ ਹੋਇਆ ਮਾਤਾ ਦੇ ਗਰਭ ਦੇ ਵਿੱਚ ਹੈ ਉਸ ਸਮੇਂ ਕਿਹੜੀ ਡਿਵੈਲਪਮੈਂਟ ਹੁੰਦੀ ਹੈ ਆਪਾਂ ਉਹਦੀ ਗੱਲ ਕਰ ਰਹੇ ਹਾਂ ਨੈਕਸਟ ਹੁਣ ਤੁਹਾਨੂੰ ਇੱਕ ਕਨਸੈਪਟ ਹੋਰ ਦੱਸਣਾ ਚਾਹੁੰਦੇ ਹਾਂ ਇੱਕ ਕਨਸੈਪਟ ਆਪਾਂ ਹੋਰ ਸਮਝਦੇ ਹਾਂ ਇੱਕ ਹੁੰਦਾ ਹੈ ਲੌਂਗੀਟਿਊਨਲ ਇੱਕ ਹੁੰਦਾ ਹੈ ਕ੍ਰਾਸ ਸੈਕਸ਼ਨਲ ਇੱਕ ਹੁੰਦਾ ਹੈ ਲੌਂਗੀਟਿਊਡਨਲ ਇੱਕ ਹੁੰਦਾ ਹੈ ਕ੍ਰੋਸ ਸੈਕਸ਼ਨਲ ਮੰਨ ਲਓ ਮੈਂ ਕਹਾਂ ਹਾਂਜੀ ਜਨਰਲ ਟੂ ਸਪੈਸਿਫਿਕ ਆਮ ਤੋਂ ਖਾਸ ਬਿਲਕੁਲ ਠੀਕ ਹੈ ਜੀ ਪ੍ਰੀਨੇਟਲ ਬਿਲਕੁਲ ਠੀਕ ਹੈ ਵਰਡ ਕਿ ਇਹਨਾਂ ਨੇ ਕਈ ਵਾਰ ਯੂਜ਼ ਕਰ ਦਿੰਦੇ ਹੈ ਪ੍ਰੈਗਨੈਂਸੀ ਵਰਡ ਯੂਜ਼ ਕਰ ਦਿੰਦੇ ਹੈ ਕਈ ਵਾਰ ਪ੍ਰੀਨੇਟਲ ਕਰ ਦਿੰਦੇ ਹੈ ਹੁਣ ਦੇਖੋ ਪ੍ਰੀ ਮਤਲਬ ਪਹਿਲਾਂ ਨੇਟਲ ਮਤਲਬ ਭਰੂਣ ਪ੍ਰੂਨ ਮਨਣ ਤੋਂ ਪਹਿਲਾਂ ਬੱਚਾ ਕਿੱਥੇ ਹੈ ਪੇਟ ਦੇ ਵਿੱਚ ਹੈ ਕਿੰਦੇ ਮਦਰ ਦੇ ਤਾਂ ਮਤਲਬ ਪ੍ਰੈਗਨੈਂਸੀ ਪੀਰੀਅਡ ਦੀ ਗੱਲ ਹੋ ਰਹੀ ਹੈ ਬੱਚੇ ਲੈਕਚਰ ਨੂੰ ਲਾਈਕ ਸ਼ੇਅਰ ਪਲੀਜ਼ ਟੀਚਰਸ ਲੈਕਚਰ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਲੈਕਚਰ ਚੰਗਾ ਲੱਗ ਰਿਹਾ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦਿਆ ਕਰੋ ਮੈਂ ਪੱਕਾ ਗਰੰਟੀ ਦਿੰਦਾ ਕਿ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲੇਗਾ ਤੁਸੀਂ ਕਾਫੀ ਪੜ੍ਹੇ ਹੋਏ ਹੋ ਕਾਫੀ ਪੜਿਆ ਹੋਇਆ ਪਹਿਲਾਂ ਤੋਂ ਪਰ ਤੁਹਾਨੂੰ ਅੱਜ ਕੁਝ ਨਾ ਕੁਝ ਨਵਾਂ ਜ਼ਰੂਰ ਸਿੱਖਣ ਨੂੰ ਮਿਲੇਗਾ ਹਾਂਜੀ ਹੁਣ ਨੈਕਸਟ ਮੈਂ ਗੱਲ ਕਰਾਂ ਜੇ ਮੈਂ ਕਿ ਮੰਨ ਲਓ ਪ੍ਰਿੰਸੀਪਲ ਆਫ ਲੌਂਗੀਟਿਊਡਲ ਦੀ ਮੈਂ ਗੱਲ ਕਰਾਂ ਮੰਨ ਲਓ ਠੀਕ ਉਹ ਕੀ ਹੋਏਗਾ ਉਹਦੇ ਵਿੱਚ ਆਪਾਂ ਕਾਦੀ ਗੱਲ ਕਰਾਂਗੇ ਉਹਦੇ ਵਿੱਚ ਆਪਾਂ ਕਿਸ ਚੀਜ਼ ਦੀ ਗੱਲ ਕਰਾਂਗੇ ਹੁਣ ਮੈਂ ਗੱਲ ਕ after birth ਹੁਣ ਮੈਂ ਕਿਹਦੀ ਗੱਲ ਕਰ ਰਿਹਾ ਆ আফਟਰ ਬਰਥ ਹੁਣ ਦੇਖੋ ਐਗਜ਼ਾਮਪਲ ਸਮਝੋ ਧਿਆਨ ਨਾਲ ਮੰਨ ਲਓ ਮੈਂ ਕਹਾਂ ਕਿ ਮੇਰਾ 5 ਸਾਲ ਦਾ ਭਤੀਜਾ ਹੈ 5 ਇਅਰ ਦਾ ਮੇਰਾ ਜਿਹੜਾ ਹੈਗਾ ਮੇਰਾ ਭਤੀਜਾ ਹੈ ਠੀਕ ਹੈ ਉਹ ਚੰਗੀ ਤਰ੍ਹਾਂ ਤੁਰਨ ਨਹੀਂ ਲੱਗਿਆ ਤਾਂ ਮੈਨੂੰ ਬੜੀ ਟੈਂਸ਼ਨ ਹੋ ਜਾਂਦੀ ਹੈ 3 ਸਾਲ ਦਾ ਮੇਰਾ ਭਾਂਜਾ ਹੈ ਉਹ ਚੰਗੀ ਤਰ੍ਹਾਂ ਬੋਲਣ ਨਹੀਂ ਲੱਗਿਆ ਤਾਂ ਮੈਨੂੰ ਬੜੀ ਟੈਂਸ਼ਨ ਹੋ ਜਾਂਦੀ ਹੈ ਠੀਕ ਹੈ 6 ਸਾਲ ਦਾ ਬੱਚਾ ਕੁਝ ਯਾਦ ਨਹੀਂ ਕਰਨ ਲੱਗਾ ਤਾਂ ਮੈਨੂੰ ਬੜੀ ਟੈਨਸ਼ਨ ਹੋ ਜਾਂਦੀ ਹੈ ਆ 7 ਸਾਲ ਦਾ ਬੱਚਾ ਪੜਦਾ ਹੈ 3 ਸਾਲ ਦਾ ਬੱਚਾ ਬੋਲਦਾ ਹੈ 5 ਸਾਲ ਦਾ ਬੱਚਾ ਵਧੀਆ ਤੁਰਨਾ ਫਿਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਦੈਟ ਮੀਨਸ ਇਹ ਕਿਸੇ ਨੇ ਤਾਂ ਪ੍ਰੂਫ ਕੀਤਾ ਹੀ ਹੋਵੇਗਾ ਨਾ ਕਿਸੇ ਨੇ ਤਾਂ ਇਸ ਚੀਜ਼ ਨੂੰ ਦੱਸਿਆ ਹੀ ਹੋਵੇਗਾ ਕਿ ਜੀ ਆਹ ਸਾਲ ਦੇ ਵਿੱਚ ਬੱਚਾ ਆਹ ਕੰਮ ਕਰਦਾ ਹੈ ਆਹ ਸਾਲ ਦੇ ਵਿੱਚ ਬੱਚਾ ਇੰਨਾ ਕੰਮ ਸਿੱਖ ਜਾਂਦਾ ਹੈ ਆਹ ਸਾਲ ਦੇ ਵਿੱਚ ਬੱਚਾ ਇੰਨਾ ਕੰਮ ਸਿੱਖ ਜਾਂਦਾ ਹੈ ਠੀਕ ਹੈ ਕਿਸੇ ਨੇ ਤਾਂ ਇਸ ਚੀਜ਼ ਨੂੰ ਪ੍ਰੂਫ ਕੀਤਾ ਹੀ ਹੋਵੇਗਾ ਨਾ ਤਾਂ ਜਿਨੇ ਵੀ ਐਸਟੀ ਨੂੰ ਪ੍ਰੂਫ ਕੀਤਾ ਹੈ ਜਿਨੇ ਵੀ ਇਹਦੇ ਉੱਪਰ ਥਿਊਰੀ ਦਿੱਤੀ ਹੈ ਜਾਂ ਤਾਂ ਉਹਨਾਂ ਨੇ ਲੌਂਗੀਟਿਊਡਨਲ ਮੈਥਡ ਯੂਜ਼ ਕੀਤਾ ਹੈ ਜਾਂ ਉਹਨਾਂ ਨੇ ਕਿਹੜਾ ਮੈਥਡ ਯੂਜ਼ ਕੀਤਾ ਹੋਵੇਗਾ ਕ੍ਰਾਸ ਸੈਕਸ਼ਨਲ ਮੈਥਡ 댓 ਮੀਨਸ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਹੈ ਕਿ ਲੌਂਗੀਟਿਊਡਨਲ ਪ੍ਰਿੰਸੀਪਲ ਦੇ ਵਿੱਚ ਜਾਂ ਲੌਂਗੀਟਿਊਡਨਲ ਟ੍ਰੈਂਡ ਦੇ ਵਿੱਚ ਜਾਂ ਲੌਂਗੀਟਿਊਡਨਲ ਸਟੱਡੀ ਦੇ ਵਿੱਚ ਆਪਾਂ ਕਿਹਦੇ ਵੀ ਗੱਲ ਕਰਦੇ ਆ ਕਿਹੜੇ ਟਾਈਮ ਪੀਰੀਅਡ ਦੀ ਗੱਲ ਕਰ ਰਹੇ ਆ ਆਫਟਰ ਬਰਥ ਜਨਮ ਤੋਂ ਬਾਅਦ ਬਿਲਕੁਲ ਠੀਕ ਹੈ ਜੀ ਆਪਾਂ ਗੱਲ ਕਰ ਰਹੇ ਆ ਜਨਮ ਤੋਂ ਬਾਅਦ ਕਿਸੇ ਨੂੰ ਪਤਾ ਹੈ ਲੌਂਗੀਟਿਊਡਨਲ ਕੀ ਹੁੰਦਾ ਕਿਵੇਂ ਹੁੰਦਾ ਤਾਂ ਪਲੀਜ਼ ਮੈਨੂੰ ਇੱਕੋ ਲਾਈਨ ਚ ਡਿਫਾਈਨ ਕਰ ਦੋ ਚੈਟ ਬਾਕਸ ਦੱਸੋ ਕਿ ਕੀ ਹੁੰਦਾ ਹੈ ਲੌਂਗੀਟਿਊਡਨਲ ਟ੍ਰੈਂਡ ਕਹਿ ਲਓ ਸਟਡੀ ਕਹਿ ਲਓ ਮੈਥਡ ਕਹਿ ਲਓ ਕੁਝ ਵੀ ਕਹਿ ਲਓ weight 2 ਹੈ ਜਾਂ 3 ਕਿਲੋ ਹੈ ਹੁੰਦਾ ਹੈ ਕੁਝ ਵੀ ਮਤਲਬ ਠੀਕ ਹੈ ਨਾ ਕਿ 2 ਕਿਲੋ weight ਹੋ ਜਾਂਦਾ ਹੈ 4 ਕਿਲੋ weight ਹੋ ਜਾਂਦਾ ਹੈ ਇਹਨੇ ਦੰਦ ਆ ਜਾਂਦੇ ਹੈ ਕਿਸੇ ਨੇ ਤਾਂ ਸਟੱਡੀ ਕੀਤੀ ਹੋएगी ਨਾ ਕਿਸੇ ਨੇ ਤਾਂ ਅਲੱਗ-ਅਲੱਗ ਮੈਥਡ ਯੂਜ਼ ਕਰਕੇ ਕੋਈ ਨਾ ਕੋਈ ਮੈਥਡ ਯੂਜ਼ ਕਰਕੇ ਆਪਣਾ ਆਪਣਾ ਰਿਪੋਰਟ ਦਿੱਤੀ ਹੋएगी ਉਹਨੇ ਜਿਹੜੀਆਂ ਰਿਪੋਰਟਾਂ ਦਿੱਤੀਆਂ ਜਿਨੇ ਵੀ ਇਹ ਰਿਪੋਰਟ ਦਿੱਤੀ ਹੈ ਉਹਨਾਂ ਨੇ ਜਾਂ ਤਾਂ ਲੌਂਗੀਟਿਊਡਲ ਮੈਥਡ ਯੂਜ਼ ਕੀਤਾ ਹੈ ਜਾਂ ਕ੍ਰਾਸ ਸੈਕਸ਼ਨ ਹੁੰਦਾ ਨੇ ਕੁਐਸਚਨ ਦੱਸਦੇ ਆ ਕੁਐਸਚਨ ਹੁੰਦਾ ਪਿਆਜੇ ਤੁਸੀਂ ਵਰਡ ਸੁਣਿਆ ਹੋਏਗਾ ਪਿਆਜੇ ਦਾ ਮੋਸਟ ਕਾਮਨ ਐਂਡ ਇੰਪੋਰਟੈਂਟ ਟਾਪਿਕ ਕਵੈਸਚਨ ਆਉਣਾ ਹੁੰਦਾ ਹੈ ਕਿ ਪਿਆਜੇ ਨੇ ਪਿਆਜੇ ਨੇ ਆਪਣੀ ਥਿਉਰੀ ਕਿਹੜੀ ਥਿਉਰੀ ਪਿਆਜੇ ਦੀ ਕಾಗ್ਨੀਟਿਵ ਡਵੈਲਪਮੈਂਟ ਕಾಗ್ਨੀਟਿਵ ਡਵੈਲਪਮੈਂਟ ਤੀਨੋਂ ਨਾਲ ਨਾਲ ਸਮਝ ਜਲਿਓ ਕਿ ਮੈਂ ਕਨਸੈਪਟ ਕਹਿਣਾ ਕੀ ਚਾਹਨਾ ਹੈ ਕਵੈਸਚਨ ਆਉਣਾ ਹੁੰਦਾ ਹੈ ਪਿਆਜੇ ਨੇ ਆਪਣੀ ਥਿਉਰੀ ਕಾಗ್ਨੀਟਿਵ ਡਵੈਲਪਮੈਂਟ ਦੇ ਵਿੱਚ ਕਿਹੜਾ ਮੈਥਡ ਯੂਜ਼ ਕੀਤਾ ਠੀਕ ਹੈ ਕਿਹੜੇ ਮੈਥਡ ਦਾ ਪ੍ਰਯੋਗ ਕੀਤਾ ਜਾਂ ਬੱਚੇ ਦੀ ਡਿਵੈਲਪਮੈਂਟ ਦੇ ਲਈ ਕਿਹੜਾ ਮੈਥਡ ਦਾ ਪ੍ਰਯੋਗ ਕੀਤਾ ਤਾਂ ਮੈਨੂੰ ਕੋਈ ਅਨਸਰ ਕਰ ਸਕਦਾ ਹੈ ਹਾਂਸੋ ਦੇਵਨ ਦਾ ਕਿਹੜਾ ਮੈਥਡ ਯੂਜ਼ ਕੀਤਾ ਪਿਆਜੇ ਨੇ ਆਪਣੀ ਥਿਊਰੀ ਵਿੱਚ ਜੀਨ ਪਿਆਜੇ ਬਿਲਕੁਲ ਠੀਕ ਹੈ ਜੀ ਸਭ ਨੇ ਸੁਨਿਆ ਹੋਵੇਗਾ ਮੈਨੂੰ ਇਸ ਕੁਐਸਚਨ ਦਾ ਅਨਸਰ ਦਿਓ ਤੁਹਾਡੇ ਪੇਪਰ ਦੇ ਵਿੱਚ 4 ਨੰਬਰ ਦਾ ਕੁਐਸਚਨ ਆ ਗਿਆ ਕਿ ਪਿਆਜੇ ਨੇ ਆਪਣੀ ਥਿਉਰੀ ਦੇ ਵਿੱਚ ਕਿਹੜੇ ਮੈਥਡ ਦਾ ਯੂਜ਼ ਕੀਤਾ ਜਾਂ ਕਿਹੜੇ ਮੈਥਡ ਦਾ ਯੂਜ਼ ਕਰਕੇ ਉਹਨਾਂ ਨੇ ਕಾಗ್ਨੀਟਿਵ ਡਵੈਲਪਮੈਂਟ ਥਿਉਰੀ ਦਿੱਤੀ ਤਾਂ ਮੈਨੂੰ ਫਟਾਫਟ ਚੈਟ ਬਾਕਸ ਦੱਸੋ ਜੇ ਕਿਸੇ ਨੂੰ ਪਤਾ ਹੈ ਕਿ ਜੀ ਕਿਹੜਾ ਮੈਥਡ ਯੂਜ਼ ਕੀਤਾ ਸੀਗਾ ਜੀਨ ਪਿਆਜੇ ਦੁਆਰਾ ਹੁਣ ਤੁਹਾਨੂੰ ਇੰਨਾਕ ਤਾਂ ਪਤਾ ਹੀ ਹੋਏਗਾ ਨਾ ਆਪਣੇ ਬੱਚਿਆਂ ਦੇ ਕੀਤਾ ਬਿਲਕੁਲ ਠੀਕ ਹੈ ਮੈਂ ਮੈਥਡ ਪੁੱਛ ਰਿਹਾ ਮੈਂ ਇਹ ਨਹੀਂ ਪੁੱਛ ਰਿਹਾ ਮੈਂ ਇਹ ਨਹੀਂ ਪੁੱਛ ਰਿਹਾ ਕਿ ਉਹਨਾਂ ਨੇ ਪ੍ਰਯੋਗ ਉਹਨਾਂ ਨੇ ਐਕਸਪੈਰੀਮੈਂਟ ਕਿੱਥੇ ਕੀਤਾ ਠੀਕ ਹੈ ਮੈਂ ਇਹ ਪੁੱਛ ਰਿਹਾ ਕਿ ਉਹਨਾਂ ਨੇ ਮੈਥਡ ਕਿਹੜਾ ਯੂਜ਼ ਕੀਤਾ ਠੀਕ ਹੈ ਆਪਣੇ ਬੱਚਿਆਂ ਦੇ ਕੀਤਾ ਸੀ ਠੀਕ ਹੈ ਜੀ ਪਰ ਮੈਂ ਮੈਥਡ ਪੁੱਛ ਰਿਹਾ ਜੀ ਦੱਸੋ ਕਿਸੇ ਨੂੰ ਪਤਾ ਮੈਥਡ ਦਾ ਇਕਲੀਬ੍ਰੇਸ਼ਨ ਇਕਲੀਬ੍ਰੇਸ਼ਨ ਤਾਂ ਉਹਨਾਂ ਨੇ ਵਰਡ ਯੂਜ਼ ਕੀਤਾ ਸੀਗਾ ਅਸੀਮਿਲੇਸ਼ਨ ਅਕਾਮੋਡੇਸ਼ਨ ਇਕਲੀਬ੍ਰੇਸ਼ਨ ਠੀਕ ਹੈ ਇਕੁਇਲਬ੍ਰੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਬੈਲੈਂਸ ਬੀਟਵੀਨ ਅਸੀਮੂਲੇਸ਼ਨ ਐਂਡ ਅਕਾਮੋਡੇਸ਼ਨ ਤੁਹਾਨੂੰ ਤੁਹਾਨੂੰ ਕਰਾਉਂਗਾ ਥਿਉਰੀ ਪਿਆਜੇ ਥਿਉਰੀ ਆਪਾਂ ਕਰਨੀ ਹੈ ਠੀਕ ਹੈ ਪ੍ਰੋਪਰ ਕਰਨੀ ਹੈ ਕਿਉਂਕਿ ਪਿਆਜੇ ਦਾ ਸਬੰਧ ਵੀ ਡਿਵੈਲਪਮੈਂਟ ਨਾਲ ਹੈ ਤੁਹਾਡੇ ਪੇਪਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਗ੍ਰੋਥ ਐਂਡ ਡਿਵੈਲਪਮੈਂਟ ਰਿਲੇਟਡ ਟੂ ਇਮੋਸ਼ਨਸ ਰਿਲੇਟਡ ਟੂ ਕੌਗਨੀਟਿਵ ਰਿਲੇਟਡ ਟੂ ਫਿਜ਼ੀਕਲ ਤਾਂ ਉਹ ਸਾਰੇ ਜਿੰਨੇ ਕਨਸੈਪਟ ਇਹਦੇ ਨਾਲ ਰਿਲੇਟਡ ਆਉਂਦੇ ਆ ਤੁਹਾਨੂੰ ਸਾਰੇ ਕਰਵਾਉਣੇ ਪੈਣਗੇ ਕਿਉਂਕਿ ਕੁਐਸਚਨ ਕਿਤੋਂ ਵੀ ਆ ਸਕਦਾ ਹੈ ਠੀਕ ਹੈ ਤਾਂ ਮੈਨੂੰ ਫਟਾਫਟ ਦੱਸੋ ਕਿਹੜਾ ਮੈਥਡ ਯੂਜ਼ ਕੀਤਾ ਤਾਂ ਕਿਹੜਾ ਮੈਥਡ ਯੂਜ਼ ਕੀਤਾ ਪੇਪਰ ਦੇ ਵਿੱਚ ਕੁਐਸਚਨ ਪਿਆ ਹੈ ਚੈੱਕ ਕਰ ਲਿਓ ਕਿਹੜਾ ਮੈਥਡ ਯੂਜ਼ ਕੀਤਾ ਉਹਨਾਂ ਨੇ ਲੌਂਗੀਟਿਊਡਨਲ ਮੈਥਡ ਯੂਜ਼ ਕੀਤਾ ਹੈ ਠੀਕ ਹੈ ਕਿੰਨੇ ਸਾਲ ਸਟੱਡੀ ਕੀਤੀ ਸੀ ਉਹਨਾਂ ਨੇ ਆਪਣੇ ਬੱਚੇ ਦੇ ਉੱਪਰ ਆਪਣੇ ਬੱਚਿਆਂ ਦੇ ਉੱਪਰ 15 ਸਾਲ ਕਿੰਨੇ ਸਾਲ ਸਟੱਡੀ ਕੀਤੀ ਸੀ 15 ਸਾਲ ਤੇ ਕਿਹੜਾ ਮੈਥਡ ਯੂਜ਼ ਕੀਤਾ ਸੀਗਾ ਲੌਂਗੀਟਿਊਡਨਲ ਮੈਥਡ ਚਲੋ ਹੁਣ ਆਪਾਂ ਸਮਝਦੇ ਹਾਂ ਲੌਂਗੀਟਿਊਡਨਲ ਮੈਥਡ ਕੀ ਹੁੰਦਾ ਹੈ ਹੁਣ ਆਪਾਂ ਸਮਝਦੇ ਹਾਂ ਕਿ ਲੌਂਗੀਟਿਊਡਨਲ ਮੈਥਡ ਕੀ ਹੁੰਦਾ ਹੈ ਇਹਦੇ ਵਿੱਚ ਆਪਾਂ ਕਿਵੇਂ ਸਟੱਡੀ ਕਰਦੇ ਹਾਂ ਸਕੀਮਾ ਵੀ ਸਕੀਮਾ ਜਸ ਉਹਨਾਂ ਨੇ ਇੱਕ ਵਰਡ ਕਿਹਾ ਸੀਗਾ ਸਕੀਮਾ ਦਾ ਮਤਲਬ ਕੀ ਸੀਗਾ ਪਾਕਟ ਆਫ ਨੋਲੇਜ ਸਕੀਮਾ ਦਾ ਮਤਲਬ ਕੀ ਸੀਗਾ ਪਾਕਟ ਆਫ ਨੋਲੇਜ ਮਤਲਬ ਜਿੱਥੇ ਸਾਰੀ ਇਨਫੋਰਮੇਸ਼ਨ ਐਡ ਹੁੰਦੀ ਹੈ ਸਾਇੰਟਿਫਿਕ ਮੈਥਡ ਨਹੀਂ ਯੂਜ਼ ਕੀਤਾ ਉਹਨਾਂ ਨੇ ਉਹਨਾਂ ਨੇ ਯੂਜ਼ ਕੀਤਾ ਲੌਂਗੀਟਿਊਡਨਲ ਮੈਥਡ ਕਿਹੜਾ ਮੈਥਡ ਯੂਜ਼ ਕੀਤਾ ਉਹਨਾਂ ਨੇ ਲੌਂਗੀਟਿਊਡਨਲ ਮੈਥਡ ਯੂਜ਼ ਕੀਤਾ ਸੀਗਾ ਜੀਨ ਪਿਆਜੇ ਨੇ ਹਾਂਜੀ ਕਿਸੇ ਨੂੰ ਪਤਾ ਹੈ ਕਿਸੇ ਨੂੰ ਕੋਈ ਕਨਸੈਪਟ ਕਲੀਅਰ ਹੈਗਾ ਕਿ ਲੌਂਗੀਟਿਊਡਨਲ ਵਿੱਚ ਕੀ ਹੁੰਦਾ ਹੈ ਜੇ ਮੰਨ ਲਓ ਮੈਂ 1 ਲਾਈਨ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛਾਂ ਤਾਂ ਉਹਦੇ ਆਨਸਰਸ ਕਿਸ ਤਰ੍ਹਾਂ ਦੇ ਹੋਣਗੇ ਉਹ ਮੈਂ ਤੁਹਾਨੂੰ ਦੱਸੂਗਾ ਪਹਿਲਾਂ ਸਮਝ ਲਓ ਲੌਂਗੀਟਿਊਡਨਲ ਮੈਥਡ ਕੀ ਹੁੰਦਾ ਹੈ ਸਟੋਰ ਹਾਊਸ ਹਾਂਜੀ ਸਟੋਰ ਹਾਊਸ ਕਹਿ ਲਓ ਪਾਕਟ ਆਫ ਨੋਲਿਜ ਕਹਿ ਲਓ ਜਿੱਥੇ ਸਾਰੀ ਇਨਫੋਰਮੇਸ਼ਨ ਇਕੱਠੀ ਹੋ ਰਹੀ ਹੈ ਇਸ ਕਿਮ ਹੈ ਚਲੋ ਐਗਜ਼ਾਮਪਲ ਸਮਝੋ ਮੈਂ ਸਿਰਫ ਐਗਜ਼ਾਮਪਲ ਦੇ ਰਿਹਾ ਇਹ ਨਹੀਂ ਕਿ ਇਹਦੇ ਵਿੱਚ ਆਹੀ ਹੈ ਮੈਂ ਸਿਰਫ ਐਗਜ਼ਾਮਪਲ ਦੇ ਰਿਹਾ ਮੇਰੀ ਗੱਲ ਸਮਝੋ ਮੰਨ ਲਓ ਮੈਂ ਕਹਾਂ ਕਿ ਮੈਂ 5 ਸਾਲ ਦੇ ਬੱਚੇ ਦੀ ਸਟੱਡੀ ਕਰਨੀ ਹੈ 5 ਸਾਲ ਦੇ ਬੱਚੇ ਦੀ ਸਟੱਡੀ ਕਰਨੀ ਹੈ ਕਿੰਨੇ ਸਾਲ 4 ਸਾਲ 1 2 3 4 ਮੈਂ 5 ਸਾਲ ਦੇ ਬੱਚੇ ਦੀ ਸਟੱਡੀ ਕਰਨੀ ਹੈ ਕਿ 5 ਤੋਂ ਲੈ ਕੇ ਇੱਕ ਬੱਚਾ 5 ਸਾਲ ਤੋਂ ਲੈ ਕੇ 9 ਸਾਲ ਤੱਕ ਕਿਵੇਂ ਡਿਵੈਲਪ ਕਰਦਾ ਹੈ ਕਿਵੇਂ ਬੱਚੇ ਦੀ ਡਿਵੈਲਪਮੈਂਟ ਹੁੰਦੀ ਹੈ ਬੱਚੇ ਦਾ ਵਿਕਾਸ ਕਿਵੇਂ ਹੁੰਦਾ ਹੈ 5 ਸਾਲ ਤੋਂ ਲੈ ਕੇ 9 ਸਾਲ ਤੱਕ ਮੈਂ ਇਹ ਚੈੱਕ ਕਰਨਾ ਹੈ ਠੀਕ ਹੈ ਤਾਂ ਸਭ ਤੋਂ ਪਹਿਲਾਂ ਮੈਂ ਕੀ ਕਰਾਂਗਾ ਸਭ ਤੋਂ ਪਹਿਲਾਂ ਮੈਂ ਕੀ ਕਰਾਂਗਾ 5 ਸਾਲ ਦੇ ਬੱਚਿਆਂ ਦਾ ਇੱਕ ਗਰੁੱਪ ਲੈ ਲਾਂਗਾ ਜੇ ਮੈਂ ਹੁੰਦੇ ਤੇ ਮੈਥਡ ਯੂਜ਼ ਕਰ ਰਿਹਾ ਲੌਂਗੀਟਿਊਡਲ ਮੈਥਡ ਜੇਕਰ ਮੈਂ ਮੈਥਡ ਯੂਜ਼ ਕਿਹੜਾ ਕਰ ਰਿਹਾ ਲੌਂਗੀਟਿਊਡਲ ਮੈਥਡ ਯੂਜ਼ ਕਰ ਰਿਹਾ ਤਾਂ ਮੈਂ ਕੀ ਕਰਾਂਗਾ 5 ਸਾਲ ਦੇ ਬੱਚਿਆਂ ਦਾ ਇੱਕ ਗਰੁੱਪ ਲੈ ਲਾਂਗਾ ਹੁਣ ਦੇਖੋ ਇਹੀ ਗਰੁੱਪ ਇਹੀ ਗਰੁੱਪ 6 ਸਾਲ ਦਾ ਹੋਏਗਾ ਇਹੀ ਗਰੁੱਪ 7 ਸਾਲ ਦਾ ਹੋਏਗਾ ਇਹੀ ਗਰੁੱਪ 8 ਸਾਲ ਦਾ ਹੋਏਗਾ ਇਹੀ ਗਰੁੱਪ 9 ਸਾਲ ਦਾ ਹੋਏਗਾ ਠੀਕ ਹੈ ਤਾਂ ਮਤਲਬ ਮੈਨੂੰ ਕਿੰਨੇ ਸਾਲ ਲੱਗੇ ਟੋਟਲ 4 ਸਾਲ ਲੱਗੇ ਬੱਚੇ ਦੀ ਸਟੱਡੀ ਕਰਨ ਤੇ ਲੌਂਗੀਟਿਊਡਨਲ 4 ਸਾਲ ਲੱਗੇ ਇਹ ਜ਼ਿਆਦਾ ਵੀ ਹੋ ਸਕਦਾ ਹੈ ਹੋ ਸਕਦਾ ਮੈਂ 0 ਤੋਂ ਲੈ ਕੇ 50 ਤੱਕ ਕਰਨਾ ਹੋਵੇ ਹੋ ਸਕਦਾ ਮੈਂ 20 ਤੋਂ ਲੈ ਕੇ 60 ਤੱਕ ਕਰਨਾ ਹੋਵੇ ਤਾਂ ਕਿੰਨਾ ਟਾਈਮ ਪੀੜ ਲੱਗ ਰਿਹਾ ਇਸੇ ਕਰਕੇ ਆਪਾਂ ਲੌਂਗੀਟਿਊਡਨਲ ਨੂੰ ਕੀ ਕਹਿੰਦੇ ਆ ਲੌਂਗ ਟਰਮ ਲੌਂਗ ਟਰਮ ਟ੍ਰੈਂਡ ਟ੍ਰੈਂਡ ਜਾਂ ਸਟੱਡੀ ਕਹਿ ਸਕਦੇ ਆ ਠੀਕ ਹੈ ਤੇ ਜਿਹੜਾ ਤੁਹਾਡੇ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਤੁਹਾਡੇ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਬਣਿਆ ਹੋਇਆ ਹੈ ਕੁਐਸਚਨ ਕੀ ਆਇਆ ਸੀਗਾ ਕਿ ਉਸ ਸਟੱਡੀ ਜਾਂ ਉਸ ਮੈਥਡ ਦਾ ਨਾਮ ਦੱਸੋ ਜਿਹਦੇ ਵਿੱਚ ਗਰੁੱਪ ਸੇਮ ਹੈ ਟਾਈਮ ਪੀਰੀਅਡ ਅਲੱਗ-ਅਲੱਗ ਹੈ ਦੇਖੋ ਹੁਣ ਗਰੁੱਪ ਸੇਮ ਹੈ ਨਾ ਆਹੀ ਗਰੁੱਪ ਦੀ ਸਟੱਡੀ ਕਰ ਰਹੇ ਆਪਾਂ ਮੈਂ ਫੇਰ ਬੋਲ ਰਿਹਾ ਕਿ ਲਿਖ ਲਓ ਗਰੁੱਪ ਜਿਹੜਾ ਤੁਹਾਡਾ ਹੈਗਾ ਜਿਹੜਾ ਤੁਹਾਡਾ ਗਰੁੱਪ ਹੈਗਾ ਉਹ ਸੇਮ ਹੈ ਗਰੁੱਪ ਸੇਮ ਹੈ जोड़ा टाइम है तोड़ा वो डिफरेंट है ठीक है ग्रुप सेम है टाइम डिफरेंट है दैट मीनस वो कि मैथड की मैं गल कर रहा होंगीट्यूड कुछ भी समझ ना आए प्लीज़ चैटबॉक्स बोल के मेरे तो दोबारा समझ लियो कि सर सू आ चीज़ दोबारा समझा दो मैं फिर की कह रहा हाँ कि मेरा ग्रुप सेम है ਟਾਈਮ ਪੀਰੀਅਡ ਅਲੱਗ-ਅਲੱਗ ਹੈ ਤਾਂ ਉਹ ਮੇਰਾ ਕਿਹੜਾ ਮੈਥਡ ਆਏਗਾ ਲੌਂਗੀਟਿਊਨਲ ਮੈਥਡ ਜਿਹਨੂੰ ਆਪਾਂ ਕੀ ਬੋਲ ਸਕਦੇ ਆ ਲੌਂਗ ਟਰਮ ਕਿਉਂਕਿ ਟਾਈਮ ਬਹੁਤ ਲੱਗਦਾ ਤੇ ਠੀਕ ਹੈ ਨਾ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਇਹਦੇ ਵਿੱਚ ਗਰੁੱਪ ਉਹੀ ਹੈ ਇੱਕੋ ਗਰੁੱਪ ਦੀ ਆਪਾਂ ਗੱਲ ਕਰ ਰਹੇ ਆ ਠੀਕ ਹੈ ਉਸੇ ਗਰੁੱਪ ਨੂੰ ਅਲੱਗ-ਅਲੱਗ ਟਾਈਮ ਪੀਰੀਅਡ ਦੇ ਉੱਪਰ ਸਟੱਡੀ ਕੀਤਾ ਜਾ ਰਿਹਾ ਹੈ ਉਹਨੂੰ ਆਪਾਂ ਕੀ ਬੋਲਾਂਗੇ ਲੌਂਗੀਟਿਊਨਲ ਸਟੱਡੀ ਲੌਂਗੀਟਿਊਨਲ ਮੈਥਡ ਕਲੀਅਰ ਹੈ ਤਾਂ ਫਟਾਫਟ ਓਕੇ ਲਿਖ ਦਿਓ ਜੇ ਨਹੀਂ ਕਲੀਅਰ ਤਾਂ ਮੈਨੂੰ ਦੁਬਾਰਾ ਪੁੱਛ ਲਓ ਫਿਰ ਠੀਕ ਹੈ ਇੱਕ ਮੈਨੂੰ ਸਾਰੇ ਸਟੂਡੈਂਟ ਦੱਸੋ ਕਿ ਇਸ ਟ੍ਰੈਂਡ ਦੇ ਵਿੱਚ ਤੁਹਾਨੂੰ ਕਮੀਆਂ ਕੀ ਨਜ਼ਰ ਆ ਰਹੀਆਂ ਇਸ ਟ੍ਰੈਂਡ ਦੇ ਵਿੱਚ ਇਸ ਮੈਥਡ ਦੇ ਵਿੱਚ ਤੁਹਾਨੂੰ ਕਮੀਆਂ ਕੀ ਕੀ ਨਜ਼ਰ ਆ ਰਹੀਆਂ ਕਿ ਕੀ ਕਮੀ ਹੈ ਦੇ ਵਿੱਚ ਕੋਈ ਤਾਂ ਕਮੀ ਹੋਏਗੀ ਨਾ ਜਿੰਦੇ ਕਰਕੇ ਇੱਕ ਨਵਾਂ ਮੈਥਡ ਆਇਆ ਕੋਈ ਤਾਂ ਕਮੀ ਹੋਏਗੀ ਜਿਹਦੇ ਕਾਰਨ ਮੈਨੂੰ ਇੱਕ ਨਵਾਂ ਮੈਥਡ ਜਿਹੜਾ ਹੈਗਾ ਚੂਜ਼ ਕਰਨਾ ਪਿਆ ਕਾਈਂਡ ਸੇਮ ਅਮਾਉਂਟ ਡਿਫਰੈਂਟ ਠੀਕ ਹੈ ਨਾ ਕੋਈ ਤਾਂ ਮੈਥਡ ਹੋਏਗਾ ਨਾ ਕੋਈ ਤਾਂ ਪ੍ਰੋਬਲਮਸ ਹੋਣ ਗਿਆ ਕੋਈ ਤਾਂ ਕਮੀਆਂ ਹੋਣ ਗਿਆ ਜਿਹਦੇ ਕਾਰਨ ਮੈਨੂੰ ਇੱਕ ਨਵਾਂ ਮੈਥਡ ਯੂਜ਼ ਕਰਨਾ ਪਿਆ ਤਾਂ ਮੈਨੂੰ ਕਮੀਆਂ ਦੱਸੋ ਇਹਦੀਆਂ ਤੁਹਾਨੂੰ ਕੀ ਕੀ ਕਮੀਆਂ ਨਜ਼ਰ ਆ ਰਹੀਆਂ ਇਹਦੇ ਵਿੱਚ ਉਹ ਮੈਨੂੰ ਫਾਰਵਰਡ ਕਰਕੇ ਕਰੋ ਕਿ ਲੌਂਗੀਟਿਊਡਨਲ ਟ੍ਰੈਂਡ ਦੇ ਵਿੱਚ ਤੁਹਾਨੂੰ ਕਿਹੜੀਆਂ ਕਰੀਆਂ ਖਾਮੀਆਂ ਕਿਹੜੀਆਂ ਕਰੀਆਂ ਕਮੀਆਂ ਨਜ਼ਰ ਆ ਰਹੀਆਂ ਹਨ ਕੀ ਕੀ ਜ਼ਿਆਦਾ ਲੱਗਦਾ ਤੁਹਾਨੂੰ ਕੀ ਗਲਤੀ ਲੱਗਦੀ ਹੈ ਕਿੱਥੇ ਕਮੀ ਲੱਗਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀ ਨਹੀਂ ਹੋਣੀ ਚਾਹੀਦੀ ਕੁਝ ਹੋਰ ਹੋਣਾ ਚਾਹੀਦਾ ਹੈ ਚੇਂजेस ਹੋਣੇ ਚਾਹੀਦੇ ਹੈ ਤਾਂ ਕੀ ਕੁਝ ਕਮੀਆਂ ਹੈਗੀਆਂ ਮੈਨੂੰ ਫਟਾਫਟ ਦੱਸੋ ਸਾਰੇ ਫਟਾਫਟ ਦੱਸੋ ਕਿ ਕੀ ਕੀ ਕਮੀਆਂ ਹੈ ਕਿ ਨਹੀਂ ਬੋਲਣਾ ਨਹੀਂ ਪਤਾ ਤਾਂ ਨਹੀਂ ਪਤਾ ਹੋਇਆ ਕਰੇ ਤਾਂ ਨਾਲ ਦੇ ਨਾਲ ਕਹਿ ਦਿਆ ਕਰੋ ਕਿ ਨਹੀਂ ਪਤਾ ਜੀ ਮੈਂ ਤਾਂ ਕਿ ਆਪਣੇ ਲੈਕਚਰ ਨੂੰ ਜਿਹੜਾ ਹੈਗਾ ਕੰਟੀਨਿਊ ਕਰ ਸਕਾਂ ਲੈਕਚਰ ਨੂੰ ਕੰਟੀਨਿਊ ਕਰ ਸਕਾਂ ਤਾਂ ਮੈਨੂੰ ਦੱਸ ਦੋ ਨਹੀਂ ਪਤਾ ਚਲੋ ਦੇਖੋ ਪਹਿਲੀ ਕਮੀ ਤਾਂ ਤੁਹਾਡੇ ਸਾਹਮਣੇ ਆਈ ਪਈ ਹੈ ਕਿ ਜੀ ਟਾਈਮ ਬਹੁਤ ਲੱਗ ਰਿਹਾ ਹੈ ਪਹਿਲੀ ਕਮੀ ਤਾਂ ਕੀ ਹੈ ਤੁਹਾਡੇ ਸਾਹਮਣੇ ਕਿ ਜੀ ਟਾਈਮ ਬਹੁਤ ਲੱਗ ਰਿਹਾ ਹੈ ਠੀਕ ਹੈ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਹੈ ਹਾਂਜੀ ਲੌਂਗ ਟਾਈਮ ਵੈਰੀ ਗੁੱਡ ਦੂਸਰੀ ਕਮੀ ਕੀ ਹੈ ਮੰਨ ਲਓ ਇੱਥੇ ਆ ਕੇ ਬੱਚੇ ਇਸ ਗਰੁੱਪ ਦੀ ਡੈਥ ਹੋ ਜਾਂਦੀ ਹੈ ਤਾਂ ਮੇਰੀ ਸਾਰੀ ਸਟੱਡੀ ਖਰਾਬ ਹੋ ਗਈ ਠੀਕ ਹੈ ਮੰਨ ਲਓ ਮੈਨੂੰ ਟਾਈਮ ਕੰਜ਼ਿਊਮਿੰਗ ਜ਼ਿਆਦਾ ਵੈਰੀ ਗੁੱਡ ਸੇਮ ਏਜ ਦੇ ਬੱਚੇ ਹੈ ਜੀ ਸੂਟੇਬਲ ਨਹੀਂ ਸੀ ਬਿਕੋਜ਼ ਸਭ ਦਾ ਲੈਵਲ ਬਿਲਕੁਲ ਠੀਕ ਹੈ ਜੀ ਲੈਵਲ ਡਿਫਰੈਂਟ ਹੋ ਸਕਦਾ ਹੈ ਹੋ ਸਕਦਾ ਹੈ ਇਹ ਗਰੁੱਪ ਮੇਰਾ ਗਿਫਟਡ ਹੋਵੇ ਹੋ ਸਕਦਾ ਹੈ ਇਹ ਮੇਰਾ ਗਰੁੱਪ ਗਿਫਟਡ ਹੋਵੇ ਤਾਂ ਮੈਂ ਇਹਦੇ ਬੇਸ ਤੇ ਥਿਊਰੀ ਦੇ ਦਾਂ ਇਹਦੇ ਬੇਸ ਤੇ ਥਿਊਰੀ ਦੇ ਦਾਂ ਅਪਲਾਈ ਕੋਈ ਵੀ ਥਿਊਰੀ ਬੰਦ ਹੈ ਕੋਈ ਵੀ ਕਨਸੈਪਟ ਬੰਦ ਹੈ ਉਹ ਅਪਲਾਈ ਕਿਤੇ ਹੁੰਦਾ ਹੈ ਐਵਰੇਜ ਦੇ ਉੱਪਰ ਉਹ ਅਪਲਾਈ ਕਿੰਦੇ ਉੱਪਰ ਹੁੰਦੇ ਐਵਰੇਜ ਦੇ ਉੱਪਰ ਤੇ ਮੈਂ ਕਨਸੈਪਟ ਬਣਾਤਾ ਕਨਸੈਪਟ ਲੈ ਆਇਆ ਗਿਫਟਡ ਬੱਚੇ ਸੀ ਸਾਰੇ ਮੈਂ ਅਪਲਾਈ ਕਰੀ ਨਾ ਨਾਰਮਲ ਉੱਪਰ ਅਪਲਾਈ ਹੋਈ ਨਹੀਂ ਜਾਂਦਾ ਬਿਲਕੁਲ ਠੀਕ ਹੈ ਜੀ ਠੀਕ ਹੈ ਟਾਈਮ ਕੰਜ਼ਿਊਮਿੰਗ ਐ ਬਿਲਕੁਲ ਠੀਕ ਹੈ ਜੀ ਠੀਕ ਹੈ ਹੋਰ ਦੇਖੋ ਪੂਰੇ ਪੂਰੇ ਗੁੱਸੇ ਦੀ ਡੈਥ ਹੋ ਗਈ ਜਾਂ ਗਰੁੱਪ ਨੇ ਮੈਨੂੰ ਗਲਤ ਇਨਫੋਰਮੇਸ਼ਨ ਦੇਣੀ ਸ਼ੁਰੂ ਕਰ ਦਿੱਤੀ ਵੀ ਮੈਂ ਸਰ ਨੂੰ ਕਿਉਂ ਦੱਸਾਂ ਕਿ ਮੇਰੇ ਵਿੱਚ ਕੀ ਚੇਂਜਸ ਆ ਰਹੇ ਮੈਂ ਸਰ ਨੂੰ ਕਿਉਂ ਦੱਸਾਂ ਮੈਂਟਲ ਲੈਵਲਸ ਮੈਨੂੰ ਗਲਤ ਇਨਫੋਰਮੇਸ਼ਨ ਦੇਣੀ ਸ਼ੁਰੂ ਕਰ ਦਿੱਤੀ ਤਾਂ ਮਤਲਬ ਲੋਂਗੀਟਿਊਨਲ ਟ੍ਰੈਂਡ ਵਧੀਆ ਹੋਣ ਦੇ ਬਾਵਜੂਦ ਇਸ ਦੇ ਵਿੱਚ ਕਾਫੀ ਕਮੀਆਂ ਪਾਈਆਂ ਗਈਆਂ ਇਹਦੇ ਵਿੱਚ ਕਾਫੀ ਕਮੀਆਂ ਨਜ਼ਰ ਆ ਰਹੀਆਂ ਸੀਗੀਆਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਕਿਹੜਾ ਨਵਾਂ ਟ੍ਰੈਂਡ ਲਾਇਆ ਗਿਆ ਕ੍ਰੋਸ ਸੈਕਸ਼ਨਲ ਟ੍ਰੈਂਡ ਕਿਹੜਾ ਟ੍ਰੈਂਡ ਲਾਤਾ ਉਹਨਾਂ ਨੇ ਹੁਣ ਕ੍ਰੋਸ ਸੈਕਸ਼ਨਲ ਟ੍ਰੈਂਡ ਕ੍ਰੋਸ ਸੈਕਸ਼ਨਲ ਟ੍ਰੈਂਡ ਜਿਹੜਾ ਹੈਗਾ ਯਾ ਸਟੱਡੀ ਕਹ ਲਓ ਯਾ ਮੈਥਡ ਕਹ ਲਓ ਕੁਛ ਵੀ ਕਹ ਲਓ ਠੀਕ ਹੈ ਇਹਨੂੰ ਚਲਾਇਆ ਗਿਆ ਹੁਣ ਕ੍ਰੋਸ ਸੈਕਸ਼ਨਲ ਟ੍ਰੈਂਡ ਨੂੰ ਆਪਾਂ ਹੋਰ ਕਿਸ ਨਾਮ ਨਾਲ ਜਾਣਦੇ ਆ ਕ੍ਰੋਸ ਸੈਕਸ਼ਨਲ ਟ੍ਰੈਂਡ ਨੂੰ ਆਪਾਂ ਹੋਰ ਕਿਸ ਨਾਮ ਜਾਣਦੇ ਆ ਸ਼ਾਰਟ ਟਰਮ ਟ੍ਰੈਂਡ ਸ਼ਾਰਟ ਟਰਮ ਟ੍ਰੈਂਡ ਠੀਕ ਹੈ ਹੁਣ ਦੇਖਦੇ ਆਪਾਂ ਕਿ ਕੀ ਕਮੀਆਂ ਦੂਰ ਹੋਈਆਂ ਕੀ ਵਾਕਈ ਜਿਹੜੀਆਂ ਕਮੀਆਂ ਆਪਾਂ ਨੂੰ ਲੌਂਗੀਟਿਊਡਲ ਟ੍ਰੈਂਡ ਦੇ ਵਿੱਚ ਆ ਰਹੀਆਂ ਸੀਗੀਆਂ ਕੀ ਉਹ ਕਮੀਆਂ ਦੂਰ ਹੋਈਆਂ ਜਾਂ ਨਹੀਂ ਦੇਖੋ ਸੇਮ ਐਗਜ਼ਾਮਪਲ ਲੈਣੇ ਹੁਣ ਆਪਾਂ ਹੁਣ ਮੈਂ ਇੱਕ ਗਰੁੱਪ ਦੀ ਸਟੱਡੀ ਕਰਨੀ ਹੈ ਮੰਨ ਲਓ ਮੈਂ ਕਹਾਂ ਕਿ ਮੈਂ 5 ਸਾਲ ਤੋਂ ਲੈ ਕੇ 9 ਸਾਲ ਤੱਕ ਬੱਚੇ ਦੀ ਸਟੱਡੀ ਕਰਨੀ ਹੈ ਕਿ ਇਹਨਾਂ ਦੀ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਇਹਨਾਂ ਦਾ ਵਿਕਾਸ ਕਿਵੇਂ ਹੁੰਦਾ ਹੈ ਕਿਸ-ਕਿਸ ਟਾਈਮ ਤੇ ਕਿਸ-ਕਿਸ ਤਰ੍ਹਾਂ ਦੀਆਂ ਇਹਨਾਂ ਨੂੰ ਚੇਂਜੇਜ਼ ਆਉਂਦੀਆਂ ਤਾਂ ਮੈਂ ਕੀ ਕਰਾਂਗਾ 6 7 8 9 ਹੁਣ ਮੈਂ ਕੀ ਕੀਤਾ ਇੱਕ ਗਰੁੱਪ ਲੈ ਲਿਆ 5 ਸਾਲ ਦਾ ਇੱਕ ਗਰੁੱਪ ਕੀ ਲੈ ਲਿਆ ਮੈਂ ਬੱਚੇ ਦੀ ਗੱਲ ਨਹੀਂ ਕਰ ਰਿਹਾ ਮੈਂ ਗਰੁੱਪ ਦੀ ਗੱਲ ਕਰ ਰਿਹਾ ਇੱਕ ਗਰੁੱਪ ਮੈਂ ਲੈ ਲਿਆ 7 ਸਾਲ ਦਾ ਇੱਕ ਗਰੁੱਪ ਮੈਂ ਲੈ ਲਿਆ 8 ਸਾਲ ਦਾ ਇੱਕ ਗਰੁੱਪ ਮੈਂ ਲੈ ਲਿਆ 9 ਸਾਲ ਦਾ ਕਲੀਅਰ ਹੁਣ ਮੈਂ ਅਲੱਗ-ਅਲੱਗ ਗਰੁੱਪ ਲੈ ਲੇ ਬਿਲਕੁਲ ਡਿਫਰੈਂਟ ਪੀਪਲ ਫਰੋਮ ਡਿਫਰੈਂਟ ਏਜ ਵੈਰੀ ਗੁੱਡ ਦੇਖੋ ਆ ਅਲੱਗ ਗਰੁੱਪ ਲੈ ਲਿਆ 5 ਸਾਲ ਦਾ ਆ ਅਲੱਗ ਗਰੁੱਪ ਲੈ ਲਿਆ 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 ਹੁਣ ਮੈਨੂੰ ਦੱਸੋ ਹੁਣ ਮੈਨੂੰ ਕਿੰਨੇ ਇਅਰ ਲੱਗਣਗੇ ਹੁਣ ਮੈਨੂੰ ਕਿੰਨੇ ਇਅਰ ਲੱਗਣਗੇ ਬੱਚੇ ਦੀ ਸਟੱਡੀ ਕਰਨ ਤੇ 5 ਤੋਂ ਲੈ ਕੇ 9 ਸਾਲ ਤੱਕ ਦੇ ਬੱਚੇ ਦੀ ਸਟੱਡੀ ਕਰਨ ਤੇ ਮੈਨੂੰ ਕਿੰਨੇ ਸਾਲ ਲੱਗਣਗੇ ਮੈਨੂੰ ਚੈਟ ਬਾਕਸ ਦੱਸੋ ਫਟਾਫਟ ਹੁਣ ਮੈਂ ਕੀ ਕਰ ਰਿਹਾ ਕ੍ਰੋਸ ਸੈਕਸ਼ਨਲ ਮੈਥਡ ਦੇ ਵਿੱਚ ਮੈਂ ਕੀ ਕਰ ਰਿਹਾ ਪਿਆਜੇ ਨੇ ਕ੍ਰੋਸ ਸੈਕਸ਼ਨਲ ਮੈਥਡ ਵੀ ਪਿਆਜੇ ਦਾ ਸੀ ਨਹੀਂ ਨਹੀਂ ਕੋਈ ਕ੍ਰੋਸੈਕਸ਼ਨਲ ਮੈਥਡ ਪਿਆਜੇ ਦਾ ਨਹੀਂ ਸੀਗਾ ਪਿਆਜੇ ਨੇ ਲੌਂਗੀਟਿਊਡਲ ਮੈਥਡ ਯੂਜ਼ ਕੀਤਾ ਹੈ ਯੂਜ਼ ਕੀਤਾ ਹੈ ਨਾ ਕਿ ਕ੍ਰੋਸੈਕਸ਼ਨਲ ਉਹਨੇ ਤਾਂ ਇੱਕੋ ਹੀ ਉਹਨੇ ਤਾਂ ਆਪਣੇ ਤਿੰਨ ਬੱਚੇ ਲਏ ਸੀ ਲਗਾਤਾਰ ਸਟੱਡੀ ਕਰ ਰਿਆ ਸੀ ਉਹਦੇ ਤੇ ਹਾਂਜੀ ਹੁਣ ਦੇਖੋ ਹੁਣ ਮੈਨੂੰ ਦੱਸੋ ਕਿੰਨਾ ਟਾਈਮ ਲੱਗੇਗਾ ਬੱਚੇ ਨੂੰ ਸਟੱਡੀ ਕਰਨ ਤੇ ਹੁਣ ਮਨੂੰ ਮੈਂ ਕ੍ਰੋਸ ਸੈਕਸ਼ਨਲ ਮੈਥਡ ਯੂਜ਼ ਕੀਤਾ ਜਿੱਦੇ ਮੈਂ ਅਲੱਗ-ਅਲੱਗ ਗਰੁੱਪ ਲੈ ਲੇ 5 ਸਾਲ ਦਾ ਅਲੱਗ ਲੈ ਲਿਆ 6 ਦਾ ਅਲੱਗ ਲੈ ਲਿਆ 7 ਦਾ ਅਲੱਗ ਲੈ ਲਿਆ 8 ਦਾ ਅਲੱਗ ਲੈ ਲਿਆ ਤੇ 9 ਦਾ ਅਲੱਗ ਲੈ ਲਿਆ ਠੀਕ ਹੈ ਵੈਰੀ ਫਿਊ ਟਾਈਮ ਵੈਰੀ ਫਿਊ ਕਿੰਨਾ ਵੈਰੀ ਫਿਊ ਕਿੰਨਾ ਕਿੰਨੇ ਸਾਲ ਲੱਗਣਗੇ ਮੈਨੂੰ ਹੁਣ ਮੈਨੂੰ ਕੁਛ ਤਾਂ ਟਾਈਮ ਲੱਗੇਗਾ ਹੀ ਨਾ ਕਿੰਨੇ ਸਾਲ ਲੱਗਣਗੇ ਮੈਨੂੰ ਬੱਚੇ ਦੀ ਡਿਵੈਲਪਮੈਂਟ ਨੂੰ ਚੈੱਕ ਕਰਨ ਦੇ ਵਿੱਚ ਸਾਲ ਲੱਗਣਗੇ ਵੀ ਕਿ ਨਹੀਂ ਲੱਗਣਗੇ ਮੈਨੂੰ ਸਾਰਾ ਕੁਝ ਫਰਟ ਕਲੀਅਰ ਕਰੋ ਫਟਾਫਟ ਕਨਸੈਪਟ ਥੋੜੀ ਚੈਟ ਬਾਕਸ ਫਾਸਟ ਚਲਾਓ ਠੀਕ ਹੈ ਤਾਂ ਕਿ ਮੈਨੂੰ ਪਤਾ ਲੱਗੇ ਰਿਹਾ ਕਿ ਤੁਹਾਨੂੰ ਕਨਸੈਪਟ ਕਲੈਰਟੀ ਹੋ ਵੀ ਰਹੀ ਹੈ ਕਿ ਨਹੀਂ ਕੱਲਾ ਆਪਾਂ ਪ੍ਰਿੰਸੀਪਲਸ ਪ੍ਰਿੰਸੀਪਲਸ ਨਹੀਂ ਕਰਨੇ ਮੇਨ ਮੈਨੂੰ ਕੀ ਹੈ ਕਿ ਤੁਹਾਨੂੰ ਕਨਸੈਪਟ ਕਲੀਅਰ ਕਰਾਇਆ ਜਾਵੇ ਤਾਂ ਕਿ ਤੁਸੀਂ ਇਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਐਮਸੀਕਿਊਜ਼ ਦਿਖਾਉਂਗਾ ਸਾਰੇ ਤੁਹਾਨੂੰ ਐਮਸੀਕਿਊਜ਼ ਦਿਖਾਉਂਗਾ ਕਿ ਕਿੰਨੇ ਕੁਐਸਚਨ ਆਉਂਦੇ ਆ ਇੰਨਾ ਨਾਲ ਰਿਲੇਟਡ ਪਵਾ ਲੌਂਗੇ 5 ਸਾਲ 4 ਸਾਲ ਠੀਕ ਹੈ ਨਾ ਸਿਰਫ ਇੱਕ ਯਸ਼ਮੀਨ ਨੇ ਕਿਹਾ ਇੱਕੋ ਚੀਨ ਨੇ ਕਿਹਾ ਇੱਕੋ ਪਰਸਨ ਨੇ ਕਿਹਾ 1 ਇਅਰ ਬਾਕੀ 4 ਸਾਲ ਕਹਿ ਰਿਹਾ ਕੀ ਹੋ ਗਿਆ ਤੁਹਾਨੂੰ 4 ਸਾਲ ਕਿਵੇਂ ਲੱਗਣਗੇ ਹੁਣ ਦੇਖੋ ਅਗਲੇ ਸਾਲ 5 ਸਾਲ ਦਾ ਬੱਚਾ 6 ਦਾ ਹੋ ਜਾਏਗਾ 6 ਦਾ ਬੱਚਾ 7 ਦਾ ਹੋ ਜਾਏਗਾ 7 ਦਾ 8 ਦਾ ਹੋ ਜਾਏਗਾ 8 ਦਾ 9 ਦਾ ਹੋਏਗਾ ਤਾਂ ਮਤਲਬ ਮੈਨੂੰ ਕਿੰਨਾ ਸਾਲ ਲੱਗੇਗਾ ਫਿਊ ਡੇਸ ਨਹੀਂ ਲੱਗਣਗੇ 1 ਇਅਰ ਲੱਗੇਗਾ ਮੈਨੂੰ ਠੀਕ ਹੈ ਨਾ ਮੈਨੂੰ ਮੈਂ 5 ਤੋਂ ਲੈ ਕੇ 6 ਸਾਲ ਤੱਕ ਸਾਲ ਤਾਂ ਲੱਗੇਗਾ ਹੀ ਨਾ ਆ ਸਾਲ ਤਾਂ ਮੈਨੂੰ ਦੇਖਣਾ ਹੀ ਪਏਗਾ ਤਾਂ ਮੈਨੂੰ ਕਿੰਨਾ ਟਾਈਮ ਲੱਗੇਗਾ ਮੈਨੂੰ 1 ਸਾਲ ਲੱਗੇਗਾ ਤਾਂ ਮਤਲਬ ਜਿਹੜਾ ਮੇਰਾ ਪਹਿਲਾ ਪ੍ਰੋਬਲਮ ਸੀਗੀ ਜਿਹੜੀ ਮੇਰੀ ਆ ਪ੍ਰੋਬਲਮ ਸੀ ਲੌਂਗ ਟਰਮ ਵਾਲੀ ਟਾਈਮ ਪੀਰੀਅਡ ਵਾਲੀ ਉਹ ਮੈਂ ਇਹਦੇ ਵਿੱਚ ਕਮੀ ਕੀ ਕਰਤੀ ਦੂਰ ਕਰਤੀ ਉਹਦੇ ਜਿਹ ਮੈਂ ਕੀ ਕਰਤਾ ਇਹਦੇ ਵਿੱਚ ਆਪਣੀ ਕਮੀ ਜਿਹੜੀ ਸੀਗੀ ਪਹਿਲੀ ਪ੍ਰੋਬਲਮ ਸੀ ਜਿਹੜੀ ਮੇਰੀ ਉਹ ਦੂਰ ਹੋ ਗਈ ਮਤਲਬ ਇਸੇ ਕਰਕੇ ਇਹਨੂੰ ਕੀ ਕਹਿਣ ਲੱਗ ਗਏ ਆਪਾਂ ਸ਼ਾਰਟ ਟਰਮ ਮਤਲਬ ਇਹ ਟਾਈਮ ਬਹੁਤ ਘੱਟ ਲੱਗਦਾ ਦੂਸਰਾ ਇਹਦਾ ਪੇਪਰ ਚ ਕੁਐਸਚਨ ਦੂਸਰਾ ਕਿਸ ਤਰ੍ਹਾਂ ਦਾ ਆ ਸਕਦਾ ਹੈ ਕਿ ਉਸ ਮੈਥਡ ਦਾ ਨਾਮ ਦੱਸੋ ਉਸ ਮੈਥਡ ਦਾ ਨਾਮ ਦੱਸੋ ਜਿਹਦੇ ਵਿੱਚ ਜਿਹਦੇ ਵਿੱਚ ਟਾਈਮ ਸੇਮ ਹੈ ਟਾਈਮ ਤਾਂ ਸਾਰਾ ਦਾ ਸੇਮ ਹੀ ਇੱਕੋ 사ਲੀ ਹੈ ਟਾਈਮ ਸੇਮ ਹੈ ਪਰ ਗਰੁੱਪ ਅਲੱਗ-ਅਲੱਗ ਹੈ ਪਹਿਲਾਂ ਕੀ ਸੀ ਗਰੁੱਪ ਸੇਮ ਸੀ ਟਾਈਮ ਅਲੱਗ-ਅਲੱਗ ਸੀ ਤਾਂ ਉਹ ਕੀ ਸੀ ਲੌਂਗੀਟਿਊਡਲ ਹੁਣ ਕੀ ਹੈ ਮੇਰਾ ਟਾਈਮ ਜਿਹੜਾ ਹੈਗਾ ਟਾਈਮ ਜਿਹੜਾ ਹੈਗਾ ਉਹ ਸੇਮ ਹੈ ਠੀਕ ਹੈ ਜਿਹੜਾ ਗਰੁੱਪ ਜਿਹੜਾ ਮੇਰਾ ਹੈਗਾ डिफरेंट okay है ठीक है तो इस मैथडू बोलोगे इस मैथडू की बोलोगे लोंगि इस मैथडी बोलोगे क्रोसैक्शनल मैथड हाँ जी हाँ जी वन ईयर लगेगा कि लगेगा वन ईयर लगेगा ठीक है तो इस मैथड् की बोलोगे करोसैक्शनल मैथड क्रोसैक्शनल ट्रेंड गल समझ आ गई कंसैप्ट क्लीयर हो गया चीज समझ आ गई कि ਠੀਕ ਹੈ ਦੋ ਤਰ੍ਹਾਂ ਤੁਹਾਨੂੰ ਕੁਐਸਚਨ ਦੱਸ ਤੇ ਹੁਣ ਅੰਨ ਤੀਸਰਾ ਕੁਐਸਚਨ ਮੈਂ ਹੋਰ ਪੁੱਛ ਰਿਹਾ ਹਾਂ ਹਾਂਜੀ ਕ੍ਰੋਸ ਸੈਕਸ਼ਨਲ ਹੁਣ ਦੇਖੋ ਇੱਕ ਹੋਰ ਕੁਐਸਚਨ ਹੁਣ ਦੱਸਦੇ ਹਾਂ ਇੱਥੋਂ ਬਣ ਸਕਦਾ ਹੈ ਹੁਣ ਕੁਐਸਚਨ ਆ ਸਕਦਾ ਹੈ ਕਿ ਕ੍ਰੋਸ ਸੈਕਸ਼ਨਲ ਮੈਥਡ ਕਿਸ ਮੈਥਡ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਚਲਾਇਆ ਗਿਆ ਕਿਸ ਮੈਥਡ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਕ੍ਰੋਸ ਸੈਕਸ਼ਨਲ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਕੀ ਆ ਜਾਏਗਾ ਆਨਸਰ ਕੀ ਆ ਜਾਏਗਾ ਲੌਂਜੀਟਿਊਡਨਲ ਮੈਥਡ ਕਿ ਲੌਂਜੀਟਿਊਡਨਲ ਮੈਥਡ ਉਹ ਮੈਥਡ ਹੈ ਜਿਸ ਦਾ ਯੂਜ਼ जिस यूज़ असी यू सॉरी लोंगीट्यूडल मैथड द कमियां दूर करने के लिए असी कि यूज़ किया क्रॉस सैक्शनल ट्रेंड का यूज़ किया या क्रॉस सैक्शनल ट्रेंड कि कमियां दूर करने चलाया गया करन लोंगीट्यूडनल दे क्वेश्चन आए फिर लोंगीट्यूडनल दमियों दूर करने लड़ा नवा ट्रेंड चलाया तो आंसर क्या आ जाएगा करॉस सैक्शनल ट्रेंड वेरी गुड समझ आ गया ना कंसैप्ट क्लीयर हो गया करॉस सैक्शनल तो लोंगीट्यूड समझ आ गया क्वेश्चन पता लग गए कि जी टाइम सेम है ग्रुप अलग अलग है ਤਾਂ ਉਹ ਕੀ ਆ ਗਿਆ ਲੌਂਗੀਟਿਊਡਨਲ ਜੇ ਟਾਈਮਸ ਟਾਈਮ ਅਲੱਗ-ਅਲੱਗ ਹੈ ਗਰੁੱਪ ਸੇਮ ਹੈ ਉਹ ਕੀ ਆ ਗਿਆ ਲੌਂਗੀਟਿਊਡਨਲ ਲੌਂਗ ਟਰਮ ਕਿਹਨੂੰ ਕਹਿੰਦੇ ਆ ਲੌਂਗੀਟਿਊਡਨਲ ਕਹਿੰਦੇ ਆ ਕ੍ਰੋਸ ਸੈਕਸ਼ਨ ਨੂੰ ਕੀ ਕਹਿੰਦੇ ਆ ਸ਼ਾਰਟ ਟਰਮ ਕਹਿੰਦੇ ਆ ਕ੍ਰੋਸ ਸੈਕਸ਼ਨਲ ਕਿਹਦੀਆਂ ਕਮੀਆਂ ਨੂੰ ਦੂਰ ਕਰ ਰਿਆ ਸੀ ਲੌਂਗੀਟਿਊਡਨਲ ਦੀਆਂ ਲੌਂਗੀਟਿਊਡਨਲ ਦੀ ਕਮੀਆਂ ਨੂੰ ਕੌਣ ਦੂਰ ਕਰ ਰਿਆ ਸੀ ਕ੍ਰੋਸ ਸੈਕਸ਼ਨਲ ਕਰ ਰਿਆ ਸੀ ਮਤਲਬ ਤੁਹਾਡੇ ਬੜੇ ਸਿੰਪਲ ਤੇ ਬੇਸਿਕ ਜੇ ਕੁਐਸਚਨ ਹੈ ਚਲੋ ਹੁਣ ਆਪਾਂ 3rd ਪੁਆਇੰਟ ਕਰ ਰਹੇ ਹਾਂ ਹੁਣ 3rd ਆਪਾਂ ਪੁਆਇੰਟ ਕਰ ਰਹੇ ਹਾਂ ਪ੍ਰਿੰਸੀਪਲ ਆਫ ਇੰਡੀਵੀਜੂਅਲ ਡਿਫਰੈਂਸਿਸ ਆਪਾਂ ਇੰਡੀਵੀਜੂਅਲ ਡਿਫਰੈਂਸਿਸ ਵਿਅਕਤੀਗਤ ਪਿੰਤਾ ਆਪਾਂ ਵਿਅਕਤੀਗਤ ਕਰ ਰਹੇ ਆ ਸਿਧਾਂਤ ਹੈ ਵਿਅਕਤੀਗਤ ਪਿੰਤਾ ਦਾ ਹੁਣ ਵਿਅਕਤੀਗਤ ਪਿੰਤਾ ਹੁੰਦੀ ਕਾਦੇ ਕਰਕੇ ਹੈਰਿਡੀਟੀ এনਵਾਇਰਨਮੈਂਟ ਕਰਕੇ ਹੈਰਿਡੀਟੀ ਐਂਡ ਇਨਵਾਇਰਨਮੈਂਟ ਕਰਕੇ ਚਲੋ ਮੈਂ ਇੱਕ ਗੱਲ ਦੱਸੋ ਹੈਰਿਡੀਟੀ ਦੀ ਕੋਈ ਡੈਫੀਨੇਸ਼ਨ ਦੱਸੋ ਮੈਨੂੰ ਕੋਈ ਹੈਰਿਡੀਟੀ ਬਾਰੇ ਮੈਨੂੰ ਮਾੜਾ-ਮਾੜਾ ਦੱਸੋ ਕਿ ਕੀ ਹੁੰਦੀ ਹੈ ਹੈਰਿਡੀਟੀ ਫਿਰ ਮੈਂ ਤੁਹਾਨੂੰ ਇੱਕ ਵਧੀਆ ਤੁਹਾਨੂੰ 3 ਪਰਸਨ ਦੱਸੂਗਾ ਜਿਨ੍ਹਾਂ ਨੇ ਇਹਦੇ ਤੇ ਬੜਾ ਹੀ ਕੰਮ ਕੀਤਾ 3 ਪਰਸਨ ਦੇ ਨਾਮ ਦੱਸੂਗਾ ਜਿਨ੍ਹਾਂ ਨੇ ਹੈਰਿਡੀਟੀ ਦੇ ਉੱਪਰ ਬੜਾ ਹੀ ਕੰਮ ਕੀਤਾ ਮੈਨੂੰ ਹੈਰਿਡੀਟੀ ਬਾਰੇ ਕੋਈ ਦੱਸੋ ਹੈਰਿਡੀਟੀ ਬਾਰੇ ਕੋਈ ਦੱਸੋ ਕਿ ਕੀ ਸਮਝਦੇ ਹੋ ਹੈਰਿਡੀਟੀ ਤੋਂ ਹੈਰਿਡੀਟੀ ਦਾ ਮਤਲਬ ਕੀ ਹੈ ਕੀ ਹੁੰਦਾ ਹੈ ਹੈਰਿਡੀਟੀ ਹੈਰਿਡੀਟੀ ਵੰਸ਼ ਜਦ ਜਿਹਨੂੰ ਪੰਜਾਬੀ 'ਚ ਆਪਾਂ ਜੱਦ ਵੀ ਕਹਿ ਦਿੰਦੇ ਆ ਵੰਸ਼ ਵੀ ਕਹਿ ਦਿੰਦੇ ਆ ਕੀ ਹੁੰਦਾ ਹੈ ਹੈਰਿਡੀਟੀ ਕੀ ਹੁੰਦਾ ਹੈ ਵੰਸ਼ ਜੀਨਸ ਟੂ ਜੀਨਸ ਟ੍ਰਾਂਸਫਰ है, पालन पोषण बच्चे का पालन पोषण ओके okay. पालन पोषण हो कह सकते हो देखो पहले वर्ड होंगे जे अपने पेरेंट्स को मिलती है, है फिर एक परसन निकल के आया गैल्टन एक परसन निकल के आया गैलटन थ्यूरी पता किसी गैल्टन ने कि थ्यूरी दी है हाँ जी वंश ਜਦ ਕਿਸੇ ਨੂੰ ਗੈਲਟਨ ਦੀ ਥਿਊਰੀ ਪਤਾ ਹੈ ਜੀਨ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਹੈਰਿਡਿਟੀ ਦਾ ਮਤਲਬ ਸਿਰਫ ਮਾਤਾ ਪਿਤਾ ਨਹੀਂ ਹੈਗੇ ਬਲਕਿ ਸਾਡੇ ਪੂਰਵਜ ਵੀ ਹੈ ਉਹਨੇ ਥਿਊਰੀ ਦਿੱਤੀ ਸੀਕ ਜਿਸ ਥਿਊਰੀ ਵਿੱਚ ਉਹਨਾਂ ਨੇ ਇਸ ਚੀਜ਼ ਕਨਸੈਪਟ ਨੂੰ ਕਲੀਅਰ ਕੀਤਾ ਸੀਗਾ ਕਿ ਹੈਰਿਡਿਟੀ ਦੇ ਵਿੱਚ ਜਿਹੜਾ ਇੱਕ ਬੱਚੇ ਦੇ ਵਿੱਚ ਇੰਡੀਵਿਜੂਅਲ ਡਿਫਰੈਂਸਿਜ਼ ਆਉਂਦੇ ਆ ਜਿਹੜਾ ਵਿਅਕਤੀ ਵਿੱਚ ਭਿੰਨਤਾਵਾਂ ਆਉਂਦੀਆਂ ਉਹਦਾ ਰੀਜ਼ਨ ਸਿਰਫ ਮਾਤਾ ਪਿਤਾ ਨਹੀਂ ਹੈਗੇ ਬਲਕਿ ਉਹਦੇ ਪੂਰਵਜ ਵੀ ਹੈ ਜਾਂ ਇੱਕ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੱਕ ਬੱਚੇ ਵਿੱਚ ਸਿਰਫ ਮਾਤਾ ਪਿਤਾ ਦੇ ਗੁਣ ਨਹੀਂ ਆਉਂਦੇ ਬਲਕਿ ਪੂਰਵਜਾਂ ਦੇ ਵੀ ਕੋਈ ਨਾ ਕੋਈ ਗੁਣ ਜਾਂ ਅਫਗੁਣ ਆਉਂਦੇ ਆ ਕੌਣ ਸੀ ਪਰਸਨ ਗੈਲਟਨ ਨੇ ਥਿਊਰੀ ਘੜੀਤੀ ਹੈ ਇਹ ਵਾਲੀ ਕਿਹੜੀ ਥਿਉਰੀ ਦਿੱਤੀ ਹੈ ਮੈਂ ਤੁਹਾਨੂੰ ਪੇਪਰ ਦੇ ਵੀ ਤੁਹਾਡੇ ਮੈਂਸ਼ਨ ਨਹੀਂ ਹੈਗੀ ਸਿਰਫ ਤੁਹਾਨੂੰ ਜਸਟ ਥੋੜਾ ਜਿਹਾ ਇਨਫੋਰਮ ਕਰ ਰਹੇ ਹਾਂ ਠੀਕ ਹੈ ਕਿ ਹੋ ਸਕਦਾ ਕੋਈ ਕਨਸੈਪਟ ਬਣਾ ਦੇਣ ਇਥੋਂ ਤੁਹਾਡੇ ਸਿਲੇਬਸ ਦੇ ਵਿੱਚ ਹੈਰਿਡਿਟੀ এনवायरमेंट ਨਹੀਂ ਹੈਗਾ ਨਹੀਂ ਪਤਾ ਮੈਂ ਦੱਸ ਦਿੰਦਾ ਕਿਹੜੀ ਥਿਉਰੀ ਹੈ ਬਾਇਓਮੈਟਰੀ ਥਿਉਰੀ ਕਿਹੜੀ ਥਿਉਰੀ ਹੈ ਬਾਇਓਮੈਟਰੀ ਥਿਉਰੀ ਜਿਹਨੂੰ ਪੰਜਾਬੀ ਵਿੱਚ ਬੋਲਦੇ ਆਂ ਜੀਵ ਅੰਕੜਿਆਂ ਦਾ ਵਿਗਿਆਨ ਜਿਹਨੂੰ ਕੀ ਬੋਲਦੇ ਆਪਾਂ ਜੀਵ ਅੰਕੜਿਆਂ ਦਾ ਵਿਗਿਆਨ ਬਾਇਓਮੈਟਰੀ ਥਿਊਰੀ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਹੈਗਾ ਪ੍ਰੂਫ ਕੀਤਾ ਹੁਣ ਦੇਖੋ ਆ ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਸ ਹੁਣ ਇੰਡੀਵੀਅਲ ਵਿਅਕਤੀਗਤ ਪਿੰਤਾ ਤਾਂ ਹੈਗੀ ਹੈ ਡਵੈਲਪਮੈਂਟ ਦੇ ਵਿੱਚ ਸਾਨੂੰ ਇਸ ਚੀਜ਼ ਦਾ ਧਿਆਨ ਤਾਂ ਰੱਖਣਾ ਹਾਂਜੀ ਬਾਇਓਮੈਟਰੀ ਜਸਪਾਲ ਕੌਰ ਬਿਲਕੁਲ ਠੀਕ ਹੈ ਜੀ ਬਾਇਓਮੈਟਰੀ ਥਿਊਰੀ ਜਿਹਨੂੰ ਪੰਜਾਬੀ ਵਿੱਚ ਬੋਲਦੇ ਆ ਜੀਵ ਅੰਕੜਿਆਂ ਦਾ ਵਿਗਿਆਨ ਠੀਕ ਹੈ ਹੁਣ ਸਾਨੂੰ ਇੰਡੀਵਿਜੂਅਲ ਡਿਫਰੈਂਸਸ ਨੂੰ ਧਿਆਨ ਦੇਣਾ ਹੀ ਪਏਗਾ ਕਿਉਂਕਿ ਹਰੇਕ ਪਰਸਨ ਜਦੋਂ ਜਦੋਂ ਅਲ ਤੁਜੇ ਤੋਂ ਵਿਪਿੰਨ ਹੈ ਕੋਈ ਨਾ ਕੋਈ ਡਿਫਰੈਂਸ ਹੈਗਾ इवन ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਦੋ ਜੁੜਵਾ ਬੱਚੇ ਹੈ ਦੋ ਤਰ੍ਹਾਂ ਦੇ ਜੁੜਵਾ ਹੁੰਦੇ ਨਾ ਦੋ ਤਰ੍ਹਾਂ ਦੇ ਟਵਿਨਸ ਹੁੰਦੇ ਹੈ ਇੱਕ ਹੁੰਦਾ ਆਈਡੈਂਟੀਕਲ ਟਵਿਨਸ ਇੱਕ ਹੁੰਦਾ ਫਟਰਨਲ ਟਵਿਨਸ ਕਿਸੇ ਨੂੰ ਪਤਾ ਹੈ ਆਈਡੈਂਟੀਕਲ ਟਵਿਨਸ ਕਿਹੜੇ ਹੁੰਦੇ ਹੈ ਆਪਾਂ ਜਮਾਂ ਚੀਜ਼ ਦੀ ਡੂੰਘਾਈ ਤੱਕ ਜਾ ਰਹੇ ਆ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਦੋ ਤਰ੍ਹਾਂ ਦੇ ਟਵਿਨਸ ਦੀ ਗੱਲ ਕਰ ਰਿਹਾ ਇੱਕ ਟਵਿਨਸ ਹੁੰਦੇ ਹੈ ਜਿਹੜੇ ਹੁੰਦੇ ਹੈ ਆਈਡੈਂਟੀਕਲ ਟਵਿਨਸ ਇਸ ਤਰ੍ਹਾਂ ਲਿਖ ਦਿੰਨੇ ਆ ਇੱਕ ਹੁੰਦੇ ਆ ਆਈਡੈਂਟੀਕਲ ਟਵਿਨਸ ਇੱਕ ਹੁੰਦੇ ਆ ਫੈਟਰਨਲ ਟਵਿਨਸ ਆਈਡੈਂਟੀਕਲ ਟਵਿਨਸ ਕਿਹੜੇ ਹੁੰਦੇ ਆ ਹਾਂਜੀ ਅਕੋਰਡਿੰਗ ਟੂ ਗੇਲਟਨ ਜੀਵ ਆંકੜਿਆਂ ਦਾ ਵਿਗਿਆਨ ਵੈਰੀ ਗੁੱਡ ਹਾਂਜੀ ਹੁਣ ਆਈਡੈਂਟੀਕਲ ਟਵਿਨਸ ਕਿਹੜੇ ਹੁੰਦੇ ਆ ਕਿਹਨੂੰ ਕਹੋਗੇ ਆਈਡੈਂਟੀਕਲ ਟਵਿਨਸ ਆਈਡੈਂਟੀਕਲ ਟਵਿਨਸ ਕਿਹੜੇ ਹੁੰਦੇ ਆ ਤੇ ਫੈਟਰਨਲ ਟਵਿਨਸ ਕਿਹੜੇ ਹੁੰਦੇ ਆ ਜੇ ਨਹੀਂ ਪਤਾ ਤਾਂ ਪਲੀਜ਼ ਦੱਸ ਦਿਆ ਕਰੋ ਲੈਕਚਰ ਨੂੰ ਲਾਈਕ ਸ਼ੇਅਰ ਜ਼ਰੂਰ ਕਰੀ ਚਲੋ ਇੱਕੋ ਸ਼ਕਲ ਵਾਲੇ ਹਾਂਜੀ ਆਈਡੈਂਟੀਕਲ ਟਵਿਨਸ ਕਿਹੜੇ ਨੇ ਜਿਹੜੇ ਬਿਲਕੁਲ ਸੇਮ ਹੈ ਤੇ ਯਾਦ ਰੱਖਿਓ ਇਹ ਜਾਂ ਤਾਂ ਦੋਵੇਂ ਬੁਆਏ ਹੋਣਗੇ ਤੇ ਜਾਂ ਦੋਵੇਂ ਗਰਲਸ ਹੋਣਗੇ ਇਹ ਨਹੀਂ ਹੋ ਸਕਦਾ ਕਿ ਇੱਕ ਬੁਆਏ ਇੱਕ ਗਰਲ ਹੋਵੇ ਮੋਸਟਲੀ ਕੇਸਿਸ ਦੇ ਵਿੱਚ ਜਾਂ ਤਾਂ ਇਹ ਦੋਨੇ ਬੁਆਏ ਹੋਣਗੇ ਜਾਂ ਦੋਵੇਂ ਕੋਨ ਹੋਣਗੇ ਗਰਲਸ ਹੋਣਗੇ ਫਾਟਰਨਲ ਟਵਿਨਸ ਕਿਹੜੇ ਹੈ ਜਿਹੜੇ ਹੈਗੇ ਜੜਵੇਂ ਜਿਹੜੇ ਹੈਗੇ ਜੁੜਵੇਂ ਪਰ ਦੋਵਾਂ ਦੀਆਂ ਸ਼ਕਲਾਂ ਨਹੀਂ ਮਿਲਦੀਆਂ ਇਹ ਬੁਆਏ ਬੁਆਏ ਵੀ ਹੋ ਸਕਦੇ ਆ ਇਹ ਗਰਲ ਗਰਲ ਵੀ ਹੋ ਸਕਦੇ ਆ ਇਹ ਬੁਆਏ ਗਰਲ ਵੀ ਹੋ ਸਕਦੇ ਆ ਸਮਝ ਗਿਆ ਮੇਰੀ ਗੱਲ ਦੁਬਾਰਾ ਸਮਝ ਲਓ ਕਿ ਜਿਹੜੇ ਆਪਾਂ ਆਈਡੈਂਟੀਕਲ ਦੀ ਗੱਲ ਕਰਦੇ ਆ ਆਈਡੈਂਟੀਕਲ ਜਦੋਂ ਦੋਵੇਂ ਬੁਆਏ ਹੋਣਗੇ ਜਾਂ ਦੋਵੇਂ ਗਰਲਜ਼ ਹੋਣਗੇ ਤੇ ਬਿਲਕੁਲ ਸੇਮ ਵਰਗੇ ਹੋਣਗੇ ਇਹਨਾਂ ਦੀ ਡਿਵੈਲਪਮੈਂਟ ਲਗਭਗ ਸੇਮ ਵਰਗੀ ਹੋਏਗੀ ਤੇ ਜਿਹੜੇ ਫਿਟਰਨਲਸ ਹੈ ਉਹ ਬੁਆਏ ਗਰਲ ਹੋ ਸਕਦੇ ਆ ਠੀਕ ਹੈ ਬॉय ਗਰਲ ਹੋ ਸਕਦੇ ਦੋਵੇਂ ਬॉय ਵੀ ਹੋ ਸਕਦੇ ਦੋਵੇਂ ਗਰਲਸ ਵੀ ਹੋ ਸਕਦੀਆਂ ਠੀਕ ਹੈ ਜਿਨ੍ਹਾਂ ਦੀ ਸ਼ਕਲਾਂ ਨਹੀਂ ਮਿਲਦੀਆਂ ਮੇਰੇ ਕਹਿਣ ਦਾ ਮਤਲਬ ਇਹਨੂੰ ਸਮਝਾਉਣ ਦਾ ਮਤਲਬ ਕੀ ਸੀਗਾ ਈਵਨ ਭਾਵੇਂ ਆਈਡੈਂਟੀਕਲ ਟਵਿਨਸ ਐ ਭਾਵੇਂ ਫਟਰਨਲ ਟਵਿਨਸ ਐ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਇੰਡੀਵਿਜੂਅਲ ਡਿਫਰੈਂਸਿਸ ਜ਼ਰੂਰ ਪਾਇਆ ਜਾਂਦਾ ਹੈ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਡਿਫਰੈਂਸ ਠੀਕ ਹੈ ਨਾ ਡਿਫਰੈਂਸ ਜਿਹੜਾ ਹੈਗਾ ਜ਼ਰੂਰ ਪਾਇਆ ਜਾਂਦਾ ਹੈ ਉਹ ਕਿਹੜੇ ਹੋ ਇਸੇ ਕਰਕੇ ਆਪਾਂ ਧਿਆਨ ਰੱਖਦੇ ਹਾਂ ਕਿਹੜੇ ਡਿਵੈਲਪਮੈਂਟ ਦਾ ਸਿਧਾਂਤ ਨੂੰ ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਸ ਕਲੀਅਰ ਨੈਕਸਟ ਨੈਕਸਟ ਦੇਖੋ ਪੁਆਇੰਟ ਪ੍ਰਿੰਸੀਪਲ ਆਫ ਯੂਨੀਫਾਰਮਿਟੀ ਆਫ ਪੈਟਰਨ ਕੋਈ ਮੈਨੂੰ ਕਲੀਅਰ ਕਰਾ ਸਕਦਾ ਹੈ ਪ੍ਰਿੰਸੀਪਲ ਆਫ ਯੂਨੀਫਾਰਮਿਟੀ ਆਫ ਪੈਟਰਨ ਠੀਕ ਹੈ ਇਹਦਾ ਮੈਨੂੰ ਕਨਸੈਪਟ ਸਮਝਾਓ ਕੀ ਹੋ ਸਕਦਾ ਇਹਦੇ ਵਿੱਚ ਕੀ ਆਏਗਾ ਯੂਨੀਫਾਰਮਿਟੀ ਆਫ ਪੈਟਰਨ ਦੇ ਵਿੱਚ uniformity of pattern ਜਾਂ ja fix sequence ਕਹ ਲੋ pattern ਕਹ ਲੋ identical ਨੂੰ monozygotic week ਕਹਿੰਦੇ ਹੈ ਠੀਕ ਹੈ बिकॉज ਉਹ ਜ਼ਾਈਗੋਟ ਤੋਂ ਬਨੇ ਹੈ ਦੇਖੋ ਬਿਲਕੁਲ ਠੀਕ ਹੈ ਜੀ ਹੁਣ ਜੇ ਤੁਸੀਂ ਹੋਰ ਡਿਟੇਲ ਕਰਨੀ ਹੈ ਤੁਹਾਨੂੰ ਇੱਕ ਕਨਸੈਪਟ ਮਨਵਾ ਦਿੰਨਾ ਹੈ ਹੋਰ ਜੇ ਸਮਝਣਾ ਚਾਹੁੰਦੇ ਹੋ ਦੱਸ ਦੇਣਾ ਤੁਹਾਨੂੰ ਕਿ identical ਕਿਹੜੇ ਹੁੰਦੇ ਹੈ ਜਿਹੜੇ ਇੱਕੋ ਐਗ ਤੋਂ ਬਨੇ ਹੈ ਠੀਕ ਹੈ ਨਾ ਜਿਹੜੇ ਇੱਕੋ ਐਗ ਤੋਂ ਬਨੇ ਹੈ ਉਹ ਹੁੰਦੇ identical ਮਤਲਬ ਇਹ ਐਗ ਅੱਗੇ ਦੋ ਪਾਰਟ ਟੁੱਟ ਗਿਆ ਠੀਕ ਹੈ ਉਹ ਹੁੰਦੇ ਆ ਆਈਡੈਂਟੀਕਲ ਜਿਹੜੇ ਦੋ ਅਲੱਗ-ਅਲੱਗ ਐਗ ਤੋਂ ਬਣੇ ਆ ਠੀਕ ਹੈ ਉਹ ਕਿਹੜੇ ਹੁੰਦੇ ਆ ਫੈਟਰਨਲ ਟਵਿਨਸ ਕਿ ਮਤਲਬ ਕਿਸੇ ਲੇਡੀ ਦੇ ਦੋ ਅਲੱਗ-ਅਲੱਗ ਐਗ ਬਣ ਰਿਹਾ ਉਹ ਫੈਟਰਨਲ ਟਵਿਨਸ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਇੱਕ ਵਾਰੀ ਲੇਡੀ ਦੇ ਫੈਟਰ ਦੋ ਐਗ ਬਣ ਜਾਣ ਤਾਂ ਹੋ ਸਕਦਾ ਜੇ ਨੈਕਸਟ ਵੇ ਟਰਾਈ ਕਰਨਗੇ ਤਾਂ ਬੱਚਾ ਜੜਵਾਂ ਹੀ ਹੋਏਗਾ ਮੋਸਟਲੀ ਚਾਂਸਸ ਤੇ ਜੜਵਾਂ ਹੀ ਹੋਏਗਾ ਚਲੋ ਆਪਾਂ ਆਪਣੇ ਕਨਸੈਪਟ ਤੋਂ ਵਧ ਕਰਿਆਂ ਛੱਡੋ ਇਹਨੂੰ ਠੀਕ ਹੈ ਆਪਾਂ ਡਿਟੇਲ ਦੇ ਵਿੱਚ ਨਹੀਂ ਜਾਂਦੇ ਨਾ ਆਪਾਂ ਸਮਝਦੇ ਆ ਯੂਨੀਫਾਰਮਿਟੀ ਆਫ ਪੈਟਰਨ ਠੀਕ ਹੈ ਹੁਣ ਦੇਖੋ ਯੂਨੀਫਾਰਮਿਟੀ ਮਤਲਬ ਇੱਕੋ ਪੈਟਰਨ ਨੂੰ ਫੋਲੋ ਕਰਨਗੇ ਸਾਰੇ ਇੱਕੋ ਪੈਟਰਨ ਨੂੰ ਹੀ ਫੋਲੋ ਕਰਦੇ ਆ ਭਾਵੇਂ ਉਹ ਇੰਡੀਅਨ ਹੈ ਭਾਵੇਂ ਫੋਰਨਰਸ ਹੈ ਮਤਲਬ ਹੀ ਹਿਊਮਨ ਜਿਹੜਾ ਹੈਗਾ ਇੱਕੋ ਪੈਟਰਨ ਨੂੰ ਫੋਲੋ ਕਰਦਾ ਹੈ ਬਿਲਕੁਲ ਸਭ ਦੇ ਵਿੱਚ ਪਹਿਲਾਂ ਪਹਿਲਾਂ ਜਿਹੜਾ ਹੈਗਾ ਇਨਫੈਂਸੀ ਸਟੇਜ ਆਏਗੀ ਠੀਕ ਹੈ ਫਿਰ ਉਹਦੇ ਵਿੱਚ ਚਾਈਲਡਹੂਡ ਸਟੇਜ ਆਏਗੀ ਐਡੋਲੈਸੈਂਸ ਸਟੇਜ ਆਏਗੀ ਅਡਲਟਹੂਡ ਸਟੇਜ ਆਏਗੀ 올ਡ 에ਜ ਆਏਗੀ ਹਰੇਕ ਪਹਿਲਾਂ ਸਿੰਪਲ ਪਹਿਲਾਂ ਜਿਹੜਾ ਹੈਗਾ ਪਹਿਲਾਂ ਬੱਚੇ ਪਹਿਲਾਂ ਹਰੇਕ ਦੀ ਪਹਿਲਾਂ ਜਿਹੜਾ ਸਾਊਂਡ ਨਹੀਂ ਹੋਏਗੀ ਮੈਂ ਸੌਰੀ ਲੈਂਗੁਏਜ ਨਹੀਂ ਹੋਏਗੀ ਪਹਿਲਾਂ ਬੇਸਿਕ ਕੰਮ ਕਰਨਾ ਸ਼ੁਰੂ ਕਰੇਗਾ ਹੌਲੀ 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 ਮੁਸ਼ਕਿਲ ਕੰਮ ਕਰਨਾ ਸ਼ੁਰੂ ਕਰੇਗਾ ਮਤਲਬ ਡਵੈਲਪਮੈਂਟ ਵਿੱਚ ਇੱਕ ਸਿੰਗਲ ਪੈਟਰਨ ਨੂੰ ਹੀ ਫਾਲੋ ਕੀਤਾ ਜਾਂਦਾ ਹੈ ਭਾਵੇਂ ਕਿਤੇ ਵੀ ਹੋਵੇ ਭਾਵੇਂ ਇੰਡੀਆ ਦੇ ਵਿੱਚ ਕਰ ਰਹੇ ਆ ਭਾਵੇਂ ਫੋਰਨ ਦੇ ਵਿੱਚ ਕਰ ਰਹੇ ਆ ਭਾਵੇਂ ਅਸੀਂ ਕਿਤੇ ਵੀ ਕਰ ਰਹੇ ਆ ਇੱਕ ਸਿੰਗਲ ਪੈਟਰਨ ਨੂੰ ਜਿਹੜਾ ਹੈਗਾ ਇਹਦੇ ਵਿੱਚ ਕੀ ਹੈ ਫਾਲੋ ਕੀਤਾ ਜਾਏਗਾ ਨੈਕਸਟ हाँ जी नेक्स्ट देखो जर्नल टू स्पेसिफिक द प्रिंसीपल ऑफ प्रोसीजिंग फॉम जरनल टू स्पेसिफिक रिस्पोंड जरनल टू इनफेंसी एक तो लैके तीन साल नहीं हैगी इनफेंसी जीरो तो तीन है दो या तीन कह सकते हो जीरो तो जिड़ी तुम एक तो तीन वाली गल कर रहे अदों कहो जो तो वर्ड आएगा अकॉर्डिंग टू रोस ਗਲਤੀ ਨਾ ਕਰ ਦਿਓ ਤੁਹਾਨੂੰ ਮੈਂ ਟਾਪਿਕ ਸਾਰਾ ਕਨਸੈਪਟ ਕਲੀਅਰ ਕਰਾਉਂਗਾ ਜਦੋਂ ਸਟੇਜਿਸ ਕਰਾਉਂਗਾ ਠੀਕ ਹੈ ਕਿ ਇਹ ਵਰਡ ਜਦੋਂ ਇੱਕ ਤੋਂ ਤਿੰਨ ਅਦੋਂ ਲਿਖਾਂਗੇ ਜਦੋਂ ਆਪਾਂ ਨੂੰ ਰੋਸ ਲਿਖਿਆ ਠੀਕ ਹੈ ਨਹੀਂ ਤਾਂ ਆਪਾਂ ਕਾਮਨ ਯੂਜ਼ ਕਰ ਰਹੇ ਆ ਤਾਂ ਜ਼ੀਰੋ ਤੋਂ ਤਿੰਨ ਦੀ ਗੱਲ ਕਰਾਂਗੇ ਠੀਕ ਹੈ ਇਹ ਗਲਤ ਨਹੀਂ ਕਰਨਾ ਕਨਸੈਪਟ ਤੁਹਾਨੂੰ ਸਮਝਾਉਂਗਾ ਪੂਰਾ ਹਾਂਜੀ ਜਰਨਲ ਟੂ ਸਪੈਸਿਫਿਕ ਰਿਸਪਾਂਸ ਜਰਨਲ ਟੂ ਆਮ ਤੋਂ ਖਾਸ ਬਿਲਕੁਲ ਠੀਕ ਹੈ ਜੀ ਪੰਜਾਬੀ ਬਿਲਕੁਲ ਠੀਕ ਹੈ ਆਮ ਤੋਂ ਖਾਸ ਵਾਲ ਇਹਦਾ ਮਤਲਬ ਕੀ ਹੈ ਫਰਮਰ ਮੈਨੂੰ ਕਮੈਂਟ ਬਾਕਸ ਦੱਸੋ ਠੀਕ ਹੈ ਜਰਨਲ ਟੂ ਸਪੈਸਿਫਿਕ کہہ ਲੋ ਹਾਂਜੀ ਪਹਿਲਾ ਬੱਚਾ ਕੁਝ ਕਾਮਨ ਕੰਮ ਕਹਿੰਦੇ ਜਰਨਲ ਕੰਮ ਨੋਰਮਲ ਕੰਮ ਸਾਰੇ ਕਰਨਾ ਸ਼ੁਰੂ ਕਰਦਾ ਹੈ ਹੋਲੀ ਹੋਲੀ ਉਹ ਸਪੈਸਿਫਿਕ ਐਕਟੀਵਿਟੀਜ਼ ਤੇ ਆ ਜਾਂਦਾ ਹੈ ਹੋਲ ਟੂ ਪਾਰਟ ਹੁਣ ਉਹਨੇ ਵੀ ਦੱਸੋ ਚਲੋ ਤੁਸੀਂ ਵਰਡ ਯੂਜ਼ ਕੀਤਾ ਹੈ ਹੋਲ ਟੂ ਪਾਰਟ ਇਹ ਕਿਨੇ ਦਿੱਤਾ ਸੀ ਵਰਡ ਕਿਨੇ ਕਿਹਾ ਸੀਗਾ ਹੋਲ ਟੂ ਪਾਰਟ ਦੀ ਗੱਲ ਕਿਸ ਨੇ ਕੀਤੀ ਸੀ ਇਹ ਵੀ ਦੱਸ ਦੋ ਮੈਨੂੰ ਫਟਾਫਟ ਹੋਲ ਟੂ ਪਾਰਟ ਦੀ ਗੱਲ ਕਿਸ ਨੇ ਮੈਨੂੰ ਲੱਗਦਾ ਅੱਜ ਦਾ ਅੱਜ ਦੇ ਦਿਨ 'ਚ ਆਪਣੇ ਪ੍ਰਿੰਸੀਪਲ ਹੋ ਜਾਣ ਉਹ ਵੀ ਬਹੁਤ ਵੱਡੀ ਗੱਲ ਐ ਠੀਕ ਐ ਅੱਜ ਦੇ ਦਿਨ ਆਪਣੇ ਪ੍ਰਿੰਸੀਪਲਸ ਹੋ ਜਾਣ ਉਹੀ ਵੱਡੀ ਗੱਲ ਐ ਨੈਕਸਟ ਲੈਕਚਰ ਫਰਡੇ ਹੋਏਗਾ ਮੈਂ ਤੁਹਾਨੂੰ ਫੇਰ ਬੋਲ ਰਿਹਾ ਕੱਲ ਲੈਕਚਰ ਨਹੀਂ ਹੋਏਗਾ ਨੈਕਸਟ ਲੈਕਚਰ ਫਰਡੇ ਹੋਏਗਾ ਹਾਂਜੀ ਹੋਲ ਟੂ ਪਾਰਟ ਦੀ ਗੱਲ ਕਿਹਨੇ ਕੀਤੀ ਐ ਹੌਲੀ ਹੌਲੀ ਡਿਵੈਲਪਮੈਂਟ ਹੁੰਦੀ ਜਾਂਦੀ ਹੈ ਬਿਲਕੁਲ ਹੁੰਦੀ ਜਾਂਦੀ ਹੈ ਹੌਲ ਟੂ ਪਾਰਟ ਦੇਖੋ ਐਗਜ਼ਾਮਪਲ ਦਿਨਾ ਤੁਹਾਨੂੰ ਆ ਕੀ ਚੀਜ਼ ਮੈਂ ਬਣਾਈ ਹੈ ਮੈਂ ਡਰਾਇੰਗ ਕੀਤੀ ਹੈ ਮੈਂ ਕੀ ਚੀਜ਼ ਡਰਾ ਕੀਤੀ ਹੈ ਮੈਨੂੰ ਦੱਸੋ ਕੀ ਚੀਜ਼ ਡਰਾ ਕੀਤੀ ਹੈ ਮੈਂ ਦੋਮਾਜ ਦੋਮਾ ਦੇ ਵਿੱਚ ਮੈਂ ਕਿਹੜੀ ਚੀਜ਼ ਡਰਾ ਕੀਤੀ ਹੈ ਮੈਨੂੰ ਫਟਾਫਟ ਦੱਸੋ ਆ ਕੀ ਚੀਜ਼ ਹੈ ਇਹਨੂੰ ਕੀ ਬੋਲਦੇ ਹੈ ਇਹਨੂੰ ਕੀ ਬੋਲਦੇ ਹੈ ਇਨਾਂ ਨੂੰ ਕੀ ਬੋਲਦੇ ਐ ਫਟਾਫਟ ਚੈਟ ਬਾਕਸ ਦੇ ਵਿੱਚ ਮੈਨੂੰ ਦੱਸੋ ਤਾਂਕਿ ਤੁਹਾਨੂੰ ਫਰਦਰ ਚੀਜ਼ ਨਵੀਂ ਹੋਰ ਕਨਸੈਪਟ ਸਮਝਾ ਸਕਾਂ ਹਾਂਜੀ ਅੱਕੀ ਚੀਜ਼ ਐ ਪਤਾ ਐ ਕੀ ਚੀਜ਼ ਐ ਇਸ ਚੀਜ਼ ਦਾ ਪਤਾ ਐ ਇਹ ਡਿਜ਼ਾਈਨ ਜਿਹੜਾ ਮੈਂ ਬਣਾਇਆ ਐ ਇਹ ਕਿਸ ਚੀਜ਼ ਦਾ ਸਾਰਾ ਨੂੰ ਵਿਜ਼ੂਅਲ ਐ ਪਹਿਲਾਂ ਮੈਂ ਥੋੜਾ ਜਿਹਾ ਸਾਈਜ਼ ਇਨਕਰੀਜ਼ ਕਰ ਦਾਂ ਜਿਨ੍ਹਾਂ ਨੂੰ ਨਹੀਂ ਦਿਖਾਈ ਦੇ ਰਿਹਾ ਲੋ ਜੀ ਡਾਟਰ ਸਰਕਲ ਡਾਟਰ ट्रायंगल ਠੀਕ ਹੈ ਨਾ ਚਲੋ ਇਹ ਤਾਂ ਤੁਸੀਂ ਹੁਣ ਡਾਟਰ ट्रायंगल ਕਹਿੰਦਾ ਪਰ ਵਰਲਡ ਮੇ ਮੋਸਟਲੀ ਯੂਜ਼ ਕਰਦੇ ਆਪਾਂ ਮੋਸਟਲੀ ਯੂਜ਼ ਕਰਦੇ ਆ ਕੋਈ ਇੱਕ ਕਹੇਗਾ ਸਰਕਲ ਹੈ ਜੀ ਇਹ ट्रायंगल ਹੈ ਠੀਕ ਹੈ ਕਿਉਂ ਕਿ ਸਾਰੇ ਪਹਿਲਾਂ ਹੋਲ ਚੀਜ਼ ਨੂੰ ਪਰਸੀਵ ਕਰਦੇ ਆ ਐਕਚੁਅਲ ਦੇ ਵਿੱਚ ਸਰਕਲ ਤਾਂ ਆ ਹੈ ਸਰਕਲ ਤਾਂ ਹੈ ट्रायंगल ਤਾਂ ਹੈ 댓 ਮੀਨ ਉਹ ਕੀ ਕਹਿੰਦਾ ਹੈ ਕਿ ਜਦੋਂ ਵੀ ਕਿਸੇ ਪਰਸਨਸ ਨੂੰ ਆਪਣੇ ਕੋਈ ਪ੍ਰੋਬਲਮ ਆਂਦੀ ਹੈ ਪਹਿਲਾਂ ਉਹ ਹੋਲ ਸਿਚੁਏਸ਼ਨ ਨੂੰ ਜਿਹੜਾ ਹੈਗਾ ਦੇਖਦਾ ਹੈ ਫਿਰ ਉਹਨੂੰ ਟੋਟਿਆਂ 'ਚ ਵੰਡਦਾ ਹੈ ਠੀਕ ਹੈ ਨਾ ਇਹ ਗੱਲ ਕੀਤੀ ਸੀ गेस्टोल्ट ने गैसटोल्टजम कह लो गेस्टोल्ट कह लो सैकोलॉजी ठीक है उन्होंने गल की होल टू पार्ट की चलो ठीक है जी नैक्सट है, मतलब मतलब गा है प्रिंसीपल ऑफ इंटीग्रेशन हूँ इंटीग्रेशन का मतलब की हो गया एकीकृत इंटीग्रेशन का मतलब की हो गया एकीकृत की मैं गल कर रहा प्रिंसीपल ऑफ इंटीग्रेशन मतलब की है ਸਭ ਨੂੰ ਲੈ ਕੇ ਚੱਲਦਾ ਹੈ ਦੇਖੋ ਹਾਂਜੀ ਗੈਸਟਾਲਟ ਅਪਰੋਚ ਨਿਹਰੂ ਬਿਲਕੁਲ ਠੀਕ ਕਹਿ ਰਹੇ ਹੋ ਗੈਸਟਾਲਟ ਅਪਰੋਚ ਹੈਗੀ ਹੈ ਪਾਰਟ ਟੂ ਹੋਲ ਹੋਲ ਟੂ ਪਾਰਟ ਹੈ ਜੀ ਠੀਕ ਹੈ ਤਾਂ ਆਪਾਂ ਯੂਜ਼ ਕਰ ਰਹੇ ਹਾਂ ਇੰਟੀਗ੍ਰਿਟੀ ਦੀ ਗੱਲ ਕਰ ਰਹੇ ਹਾਂ ਇੱਕੀਕ੍ਰਿਤੀ ਦੀ ਗੱਲ ਕਰ ਰਹੇ ਹਾਂ ਆਪਾਂ ਨਾ ਡਿਵੈਲਪਮੈਂਟ ਦੇ ਵਿੱਚ ਕੀਤਾ ਸੀ ਨਾ ਕਿ ਜੀ ਸੋਸ਼ੀਅਲੀ ਹੋ ਸਕਦੀ ਹੈ ਇਮੋਸ਼ਨਲੀ ਹੋ ਸਕਦੀ ਹੈ ਜੀ ਠੀਕ ਹੈ ਇਮ ਸੋਸ਼ੀਅਲ ਹੋ ਸਕਦੀ ਹੈ ਕಾಗ್ਨੀਟਿਵ ਹੋ ਸਕਦੀ ਹੈ ਆਪਾਂ ਵਰਡਸ ਕਿੰਨੇ ਸੀ ਅਲੱਗ-ਅਲੱਗ ਤਾਂ ਇੰਨਾ ਸਾਰਿਆਂ ਦਾ ਇੰਟੀਗ੍ਰੇਸ਼ਨ ਨਾਲ ਡਿਵੈਲਪਮੈਂਟ ਬਣਦੀ ਹੈ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਡਿਵੈਲਪਮੈਂਟ ਬੜਾ ਵੱਡਾ ਕਨਸੈਪਟ ਹੈ ਛੋਟੇ ਛੋਟੇ ਪਾਰਟਸ ਸਾਰੇ ਇਕੱਠਾ ਕਰਕੇ ਜਿਹੜਾ ਹੈਗਾ ਕੀ ਬਣ ਜਾਂਦਾ ਹੈ ਡਿਵੈਲਪਮੈਂਟ ਬਣਦੀ ਹੈ ਕੀ ਬਣ ਜਾਂਦਾ ਹੈ ਡਿਵੈਲਪਮੈਂਟ ਬਣਦੀ ਹੈ ਇਸ ਕਰਕੇ ਅਪਾ ਵਰਡ ਯੂਜ਼ ਕਰਦੇ ਆ ਸਿਧਾਂਤ ਯੂਜ਼ ਕਰਦੇ ਆ ਕਿਹੜਾ ਇੰਟੀਗ੍ਰੇਸ਼ਨ ਦਾ ਸਿਧਾਂਤ ਯੂਜ਼ ਕਰਦੇ ਆ ਏਕੀਕ੍ਰਿਤ ਦਾ ਸਿਧਾਂਤ ਆਪਾਂ ਜਿਹੜਾ ਹੈਗਾ ਯੂਜ਼ ਕਰਦੇ ਆ ਨੈਕਸਟ ਇੰਟਰ ریلیਟਡ ਹੁਣ ਇਹ ਵੀ ਸੇਮ ਹੀ ਹੋ ਗਿਆ ਠੀਕ ਹੈ ਇੰਟਰਲੇਟਡ ਦਾ ਮਤਲਬ ਕੀ ਹੋ ਗਿਆ ਕਿ ਇੱਕ ਦੂਜੇ ਨਾਲ ਰਿਲੇਟ ਕਰਦੀ ਹੈ ਇੱਕ ਦੂਜੇ ਨਾਲ ਸੰਬੰਧਿਤ ਹੈ ਇੱਕ ਕੀ ਕਰਨ ਬਿਲਕੁਲ ਠੀਕ ਹੈ ਨਾ ਇੰਟਰਲੇਟਡ ਦਾ ਮਤਲਬ ਕੀ ਹੋ ਗਿਆ ਇੱਕ ਦੂਜੇ ਨਾਲ ਸੰਬੰਧਿਤ ਰੱਖਦੀ ਹੈ ਆਪਾਂ ਪਹਿਲਾਂ ਹੀ ਗੱਲ ਕਰਕੇ ਉੱਠੇ ਕਿ ਗੱਲ ਕਰ ਚੁੱਕੇ ਆ ਕਿ ਹਰ ਇੱਕ ਚੀਜ਼ ਇੱਕ ਦੂਜੇ ਦੇ ਨਾਲ ਰਿਲੇਟ ਹੈਗੀ ਆ ਭਾਵੇਂ ਸੋਸ਼ਲ ਹੈ ਭਾਵੇਂ ਇਮੋਸ਼ਨਲ ਹੈ ਭਾਵੇਂ ਸਾਈਕਲੋਜੀਕਲ ਹੈ ਕਿਉਂ ਦੇਖੋ ਹੁਣ ਮੰਨ ਲਓ ਮੈਂ ਕਹਾਂ ਕਿ ਮੈਂ ਫਿਜ਼ੀਕਲੀ ਫਿਟ ਨਹੀਂ ਠੀਕ ਹੈ ਤਾਂ ਮੇਰੇ ਮੇਰਿਆਂ ਮੇਰੀ ਐਕਟੀਵਿਟੀਆਂ ਵੀ ਕਮੀ ਹੋਏਗੀ ਠੀਕ ਹੈ ਮੇਰੇ ਸੋਸ਼ਲ ਬਿਹੇਵੀਅਰ ਦੇ ਵਿੱਚ ਵੀ ਪ੍ਰੋਬਲਮਾਂ ਆਣ ਗਿਆ ਮਤਲਬ ਇੱਕ ਦੂਜੇ ਦੇ ਨਾਲ ਰਿਲੇਟ ਕਰਦੀ ਸਾਰੀ ਚ ਠੀਕ ਹੈ ਇੱਕ ਦੇ ਵਿੱਚ ਪ੍ਰੋਬਲਮ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਪ੍ਰੋਬਲਮਸ ਆ ਜਿਹੜਾ ਹੈਗਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਵਰਡ ਯੂਜ਼ ਕਰਦੇ ਆ ਇੰਟਰਲਿਟਰ ਮਤਲਬ ਚੀਜ਼ਾਂ ਇੱਕ ਦੂਜੇ ਦੇ ਨਾਲ ਰਿਲੇਟ ਕਰਦੀ ਹੈ ਹਰ ਇੱਕ ਚੀਜ਼ ਦੂਜੇ ਨਾਲ ਰਿਲੇਟ ਕਰਦੀ ਹੈ ਫਿਜ਼ੀਕਲ ਸੋਸ਼ਲ ਇਮੋਸ਼ਨਲ ਕಾಗ್ਨੀਟਿਵ ਬਿਲਕੁਲ ਠੀਕ ਹੈ ਇੰਟੀਗ੍ਰੇਸ਼ਨ ਉਹਦੇ ਇਕੱਠਾ ਕਰਨਾ ਇੰਟੀਗ੍ਰੇਸ਼ਨ ਹੁੰਦਾ ਇਕੱਠਾ ਕਰਨਾ ਮਤਲਬ ਡਿਵੈਲਪਮੈਂਟ ਇੱਕ ਬਹੁਤ ਵੱਡਾ ਕਨਸੈਪਟ ਹੈ ਬਹੁਤ ਵੱਡਾ ਕਨਸੈਪਟ ਹੈ ਆਪਾਂ ਇਹਦੇ ਵਿੱਚ ਕਾਫੀ ਸਾਰੇ ਕਨਸੈਪਟਸ ਨੂੰ ਆਪਾਂ ਇਹਦੇ ਵਿੱਚ ਕਾਫੀ ਸਾਰੇ ਕਨਸੈਪਟਸ ਨੂੰ ਜਿਹੜਾ ਹੈਗਾ ਇਕੱਠਾ ਕਰਦੇ ਹਾਂ ਠੀਕ ਹੈ ਸਾਰੇ ਕੰਸਰਪਟ ਲਗੋਲਦੇ ਆ ਭਾਵਾਂ ਉਹ ਸੋਸ਼ੀਅਲੀ ਹੈ ਭਾਵਾਂ ਉਹ ਇੰਟੈਲੈਕਚੂਅਲੀ ਹੈ ਭਾਵਾਂ ਕੌਗਨੀਟਿਵ ਹੈ ਭਾਵਾਂ ਇਮੋਸ਼ਨਲੀ ਹੈ ਭਾਵਾਂ ਸੋਸ਼ੀਅਲੀ ਹੈ ਕੁਝ ਵੀ ਕਹਿ ਰਹੇ ਹੋ ਸਭ ਚੀਜ਼ਾਂ ਇਕੱਠੀਆਂ ਹੁੰਦੀਆਂ ਇਕੱਠਾ ਕਰਕੇ ਬਣਦਾ ਹੈ ਡਿਵੈਲਪਮੈਂਟ ਹੁਣ ਦੇਖੋ ਜੇ ਮੈਂ ਤੁਹਾਨੂੰ ਕੁਐਸਚਨ ਪੁੱਛਾਂ ਕਿ ਕਿਸੇ ਵਿਅਕਤੀ ਦੇ ਇੱਕ ਪੱਖ ਨੂੰ ਦੇਖ ਕੇ ਮੈਂ ਉਹਦੀ ਡਿਵੈਲਪਮੈਂਟ ਦਾ ਐਸਟੀਮੇਟ ਲਗਾ ਸਕਦਾ ਹਾਂ ਜਾਂ ਉਹਦੀ ਡਿਵੈਲਪਮੈਂਟ ਨੂੰ ਸਮਝ ਸਕਦਾ ਹਾਂ ਤਾਂ ਮੈਂ ਨਹੀਂ ਸਮਝ ਸਕਦਾ ਕਿਉਂ ਕਿ ਡਿਵੈਵਲਪਮੈਂਟ ਬੜਾ ਵਾਈਡਰ ਕਨਸੈਪਟ ਹੈ ਇਹਦੇ ਲਈ ਮੈਨੂੰ ਸਾਰੇ ਕਨਸੈਪਟ ਜਿਹੜੇ ਹੈਗੇ ਜੋੜ ਕੇ ਚੱਲਣਾ ਪਏਗਾ ਹਰ ਇੱਕ ਪੱਖ ਨੂੰ ਦੇਖਣਾ ਪਏਗਾ ਜਦੋਂ ਮੈਂ ਗੱਲ ਕਰੂੰਗਾ ਡਿਵੈਲਪਮੈਂਟ ਦੀ ਹਾਂ ਜਦੋਂ ਮੈਂ ਗਰੋਥ ਦੀ ਗੱਲ ਕਰ ਰਿਹਾ ਜਦੋਂ ਮੈਂ ਗੱਲ ਕਰ ਰਿਹਾ ਗਰੋਥ ਦੀ ਤਾਂ ਮੈਂ ਸਿਰਫ ਇੱਕ ਪੱਖ ਦੇ ਨਾਲ ਗਰੋਥ ਦੇਖ ਲਊਗਾ ਕਿਹੜਾ ਪੱਖ ਹੁੰਦਾ ਫਿਜ਼ੀਕਲ ਕਿਹੜਾ ਪੱਖ ਨਾਲ ਦੇਖ ਲਊਗਾ ਮੈਂ ਹਾਂ ਦੀ ਫਿਜ਼ੀਕਲ ਅਸਪੈਕਟ ਦੇ ਨਾਲ ਉਹਦਾ ਮੈਂ ਗਰੋਥ ਨੂੰ ਦੇਖ ਲਾਂਗਾ ਹਾਂਜੀ ਗੁਰਦੀਪੂਰ ਸਮਝ ਆ ਗਿਆ ਇੰਟੀਗ੍ਰੇਸ਼ਨ ਇੰਟੀਗ੍ਰੇਸ਼ਨ ਵਰਡ ਯੂਜ਼ ਸਮਝ ਆ ਗਿਆ interrelated word ya interaction word bilkul concept clear ho gaya hai wala ya huje bhi problem hai in de vich kuch samajh nahi aaya hun dekho next point development is product of maturation hun tan main kal maturation dassya siga kal tanu maturation dassya siga ki jehde development hai oh kida product hai maturation da and learning theek hai development jehda hai ga maturation and learning of the end hai ਠੀਕ ਹੁਣ ਦੇਖੋ ਮੈਚਿਊਰੇਸ਼ਨ ਕੀ ਹੈ ਲਿਮਿਟਸ ਬਣਾ ਦਿੰਦੀ ਹੈ ਮੈਚਿਊਰੇਸ਼ਨ ਕੀ ਕਰਦੀ ਹੈ ਆਪਾਂ ਨੂੰ ਲਿਮਿਟਡ ਕਰ ਦਿੰਦੀ ਹੈ ਠੀਕ ਹੈ ਆਪਾਂ ਮੈਚਿਓਰਟੀ ਜਦੋਂ ਯੂਜ਼ ਕਰਦੇ ਆ ਕਿ ਹਾਂ ਬੱਚਾ ਕੀ ਕੁਝ ਨਵਾਂ ਕਰ ਰਿਹਾ ਠੀਕ ਹੈ ਕਿਸ ਤਰ੍ਹਾਂ ਦੇ ਚੀਜ਼ਾਂ ਦੇ ਫਿਜ਼ੀਕਲ ਦੇ ਵਿੱਚ ਹੁੰਦੇ ਚੇਂਜਸ ਆ ਰਹੇ ਹੈ ਠੀਕ ਹੈ ਉਹ ਹੈ ਮੈਚਿਊਰੇਸ਼ਨ ਜਿਵੇਂ ਇਹਨੂੰ ਫਸਲੀ ਜੋੜਨਾ ਹੋਇਆ ਜਿਵੇਂ ਸੀਕੁਐਂਸਲੀ ਇਹਨੂੰ ਜੋੜਨਾ ਹੋਇਆ ਕਿ ਮੈਚਿਊਰੇਸ਼ਨ ਇਜ਼ ਰਿਲੇਟਡ ਟੂ ਮੈਂ ਕੀ ਕਹੂੰਗਾ ਗ੍ਰੋਥ ਮੈਂ ਕੀ ਕਹੂੰਗਾ ਗ੍ਰੋਥ ਪਰ ਜੇਕਰ ਨਾਲ ਵਰਡ ਆ ਰਿਹਾ ਡਿਵੈਲਪਮੈਂਟ ਤਾਂ ਮੈਂ ਕੀ ਕਹੂੰਗਾ ਕਿ ਜੀ ਮੈਚਿਊਰੇਸ਼ਨ ਇਜ਼ ਬੋਥ ਰਿਲੇਟਡ ਟੂ ਗ੍ਰੋਥ ਐਂਡ ਡਿਵੈਲਪਮੈਂਟ ਰੰਜੀਤ ਸਿੰਘ ਕਹਿ ਰਿਹਾ ਹੈ ਕੌਗਨੀਟਿਵ ਕੌਗਨੀਟਿਵ ਹੁੰਦਾ ਰਿਲੇਟਡ ਟੂ ਮਾਈਂਡ ਕੌਗਨੀਟ ਦੇਖੋ ਉਹ ਦੋ ਵਰਡ ਹੁੰਦੇ ਆ ਹੁਣ ਇਹਦੇ ਜੀ ਵੀ ਕਨਫਿਊਜ਼ ਨਾ ਹੋਈਓ ਤੁਹਾਨੂੰ ਇੱਕ ਵਰਡ ਕਨਸੈਪਟ ਕਰਵਾਉਣਾ ਹੈ ਹੋਰ ਦੋ ਵਰਡ ਹੁੰਦੇ ਇੱਕ ਹੁੰਦਾ ਕੌਗਨੀਟਿਵ ਇੱਕ ਹੁੰਦਾ ਕੌਗਨੀਟਿਵ ਇੱਕ ਹੁੰਦਾ ਕੌਗਨੀਟਿਵ ਬਿਲਕੁਲ ਸੇਮ ਵਰਗੇ ਲੱਗਣ ਵਾਲੇ ਦੋ ਸ਼ਬਦ ਮੈਂ ਤੁਹਾਡੇ ਸਾਹਮਣੇ ਲਿਖਤੇ ਇੱਕ ਹੁੰਦਾ ਹੈ ਕੌਗਨੇਟਿਵ ਇੱਕ ਹੁੰਦਾ ਹੈ ਕੋਨੇਟਿਵ ਮੈਨੂੰ ਦੋਵਾਂ ਦੇ ਮਤਲਬ ਦੱਸੋ ਕੌਗਨੇਟਿਵ ਤੁਹਾਨੂੰ ਦੱਸਤਾ ਮੈਂ ਕੌਗਨੇਟਿਵ ਦਾ ਮਤਲਬ ਕੀ ਹੁੰਦਾ ਹੈ ਰਿਲੇਟਡ ਟੂ ਮਾਈਂਡ ਤੇ ਕੋਨੇਟਿਵ ਕੀ ਹੁੰਦਾ ਹੈ ਕੋਨੇਟਿਵ ਕੀ ਹੁੰਦਾ ਹੈ ਮੈਚਿਊਰੇਸ਼ਨ ਹਾਇਰ ਰਿਲੇਟਡ ਟੂ ਹੈਰਿਡੀਟੀ ਬਿਲਕੁਲ ਠੀਕ ਹੈ ਜੀ ਮੈਚਿਊਰੇਸ਼ਨ ਸਭ ਤੋਂ ਜ਼ਿਆਦਾ ਲੇਟ ਕਰਦੀ ਹੈ ਹੈਰਡਿਟੀ ਦੇ ਨਾਲ ਬਿਲਕੁਲ ਠੀਕ ਹੈ ਹੁਣ ਮੈਨੂੰ ਦੱਸੋ ਮੈਂ ਤੁਹਾਨੂੰ ਦੱਸਦਾ ਕಾಗ್ਨੀਟਿਵ ਦਾ ਮਤਲਬ ਕੀ ਹੈ ਰਿਲੇਟਡ ਟੂ ਮਾਈਂਡ ਮਾਈਂਡ ਨਾਲ ਜੋੜ ਰਹੇ ਆ ਕಾಗ್ਨੀਟਿਵ ਕੀ ਹੁੰਦਾ ਹੈ ਕಾಗ್ਨੀਟਿਵ ਕੀ ਹੁੰਦਾ ਮੈਚਿਊਰੇਸ਼ਨ ਇਜ਼ ਰਿਲੇਟਡ ਟੂ ਬੋਥ ਗ੍ਰੋਥ ਐਂਡ ਡਿਵੈਲਪਮੈਂਟ ਬਿਲਕੁਲ ਠੀਕ ਹੈ ਜੀ ਕಾಗ್ਨੀਟਿਵ ਕੀ ਹੁੰਦਾ ਹੈ ਵਟ ਇਜ਼ ਦਾ मीनिंग ਆਫ ਕಾಗ್ਨੀਟਿਵ ਯਾ ਕੋਗਨੀਟਿਵ ਇਜ਼ ਰਿਲੇਟਡ ਟੂ ਕਿਦਾਂ ਲੇਟ ਕਰਦੇ ਆ ਲੈਕਚਰ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ कोनेटिव आप रिलेट करते हैं तो याद रखियो कोगनेटिव मतलब माइंड कोटिव मतलब फिजिकल एक्टिविटीज कोगनेटिव का मतलब कि माइंड हों माइंडेटिव का मतलब कि होंगे फिजिकल एक्टिविटीज़ वेरी गुड चलो हमसैप्ट कर हो गया होगा वाला समझ आ गया होगा नैक्स समझो ਪ੍ਰਿੰਸੀਪਲ ਆਫ ਸਪਾਇਰਲ ਐਂਡ ਲੀਨੀਅਰ ਡਿਵੈਲਪਮੈਂਟ ਹੁਣ ਦੇਖੋ ਕੱਲ ਆਪਾਂ ਸਪਾਇਰਲ ਦੀ ਗੱਲ ਕੀਤੀ ਸੀ ਕਿ ਡਿਵੈਲਪਮੈਂਟ ਜਿਹੜੀ ਹੈ ਹੈਂਡ ਨਾਲ ਕਹਿ ਲਓ ਬਿਲਕੁਲ ਠੀਕ ਹੈ ਜੀ ਤੁਸੀਂ ਹੈਂਡ ਵੀ ਕਹਿ ਸਕਦੇ ਹੋ ਜਾਂ ਫਿਜ਼ੀਕਲ ਐਕਟੀਵਿਟੀ ਕਹਿ ਸਕਦੇ ਹੋ ਫਿਜ਼ੀਕਲ ਡਿਵੈਲਪਮੈਂਟ ਕਹਿ ਸਕਦੇ ਹੋ ਸਭ ਕਹਿ ਸਕਦੇ ਹੋ ਕognitive ਲਈ ਠੀਕ ਹੈ ਨਾ ਇੱਕ ਕognitive ਵਰਡ ਯੂਜ਼ ਜ਼ਿਆਦਾ ਕੀਤਾ ਸੀ ਬਲੂਮ ਨੇ ਠੀਕ ਹੈ ਨਾ ਤੁਸੀਂ ਵਰਡ ਸੁਣਾਇਗਾ ਪਰਸਨ ਸੁਣਾਇਆ ਹੋਏਗਾ ਬਲੂਮ ਜਿਨ੍ਹਾਂ ਨੇ ਬਲੂਮ ਟੈਕਸਨੋਮੀ ਦਿੱਤੀ ਸੀ ਠੀਕ ਹੈ ਨੀਣਾ ਨੇ ਬਲੂਮ ਟੈਕਸਨੋਮੀ ਦਿੱਤੀ ਸੀ ਉਹਨਾਂ ਨੇ ਵਰਡ ਯੂਜ਼ ਕੀਤਾ ਸੀ ਕੋਨੇਟਿਵ ਹਾਂਜੀ ਸਪਾਇਰਲ ਦੇਖੋ ਸਪਾਇਰਲ ਆਪਾਂ ਗੱਲ ਗੱਲ ਕੀਤੀ ਸੀ ਆ ਲੋ ਡਾਇਗ ਕੱਲ ਮੈਨੂੰ ਕਿਸੇ ਨੇ ਕਿਹਾ ਸੀ ਸਰ ਤੁਸੀਂ ਡਾਇਗਰਾਮ ਨਹੀਂ ਸਹੀ ਬਣਾ ਲਓ ਡਾਇਗਰਾਮ ਬਣਾਤਾ ਅੱਜ ਮੈਂ ਸਹੀ ਠੀਕ ਹੈ ਮੈਂ ਡਾਇਗਰਾਮ ਵੀ ਸਹੀ ਬਣਾਤਾ ਸਪਾਇਰਲ ਦਾ ਮਤਲਬ ਕੀ ਹੁੰਦਾ ਕਿਤੇ ਘੱਟ ਕਿਤੇ ਵਧ ਕਿਤੇ ਬੱਚੇ ਦੇ ਡਿਵੈਲਪਮੈਂਟ ਕਿਸ ਤਰੀਕੇ ਨਾਲ ਹੋ ਰਹੀ ਹੈ ਕਿਤੇ ਬਹੁਤ ਤੇਜ਼ੀ ਨਾਲ ਹੋ ਰਹੀ ਹੈ ਕਿਤੇ ਬੱਚੇ ਦੇ ਡਿਵੈਲਪਮੈਂਟ ਜਿਹੜੀ ਹੈ ਥੋੜੀ ਜੀ ਸਲੋ ਹੋ ਰਹੀ ਹੈ ਹੁਣ ਦੇਖੋ ਰੁਕਦੀ ਨਹੀਂ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਕਹਿ ਰਿਹਾ ਕਿ ਇਨਫੈਂਸੀ ਦੇ ਵਿੱਚ ਇਨਫੈਂਸੀ ਦੇ ਵਿੱਚ ਬੱਚੇ ਦੀ ਡਿਵੈਲਪਮੈਂਟ ਸਭ ਤੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਚਾਈਲਡਹੂਡ ਵਿੱਚ ਆ ਕੇ ਚਾਈਲਡਹੂਡ ਦੇ ਵਿੱਚ ਆ ਕੇ ਮੇਰੀ ਡਿਵੈਲਪਮੈਂਟ ਥੋੜੀ ਸਲੋ ਹੋ ਜਾਂਦੀ ਹੈ ਪਰ ਇਹ ਨਹੀਂ ਕਿ ਰੁਕ ਜਾਂਦੀ ਹੈ ਰੁਕਦੀ ਨਹੀਂ ਹੈਗੀ ਥੋੜੀ ਸਲੋ ਹੋ ਜਾਂਦੀ ਹੈ ਐਡੋਲੈਸੈਂਸ ਆ ਕੇ ਫੇਰ ਇੱਕਦਮ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਤਾਂ ਉਹ ਕੀ ਸਪਾਇਰਲ ਕੇ ਸਪਾਇਰਲ ਹੈ ਕਿ ਲੀਨੀਅਰ ਹੈ ਜੀ ਇਸ ਦੇ ਬਾਰੇ ਆਪਾਂ ਇਹਦੇ ਵਿੱਚ ਡਿਸਕਸ ਕਰਦੇ ਆ ਘਟ ਜਾਂ ਹਾਂ ਘਟ ਜਾਂ ਵੱਧ ਬਿਲਕੁਲ ਠੀਕ ਹੈ ਜੀ ਘਟ ਜਾਂ ਵੱਧ ਪਰ ਰੁਕਦੀ ਨਹੀਂ ਹੈਗੀ ਇਹ ਚੀਜ਼ ਧਿਆਨ ਰੱਖਿਓ ਲਾਸਟ ਪ੍ਰਿੰਸੀਪਲ ਆਫ ਪ੍ਰੋਡਕਟਿਵ ਦੇਖੋ ਪ੍ਰੈਡਿਕਟਿਵਿਟੀ ਪ੍ਰਡਿਕਟ ਕਰ ਸਕਦੇ ਆ ਸਹੀ ਕਰ ਲਿਓ ਪੀਲਿੰਗ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਆ ਪ੍ਰੈਡਿਕਟੇਬਿਲਟੀ ਦੀ ਗੱਲ ਕਰ ਰਹੇ ਆ ਕਿ ਆਪਾਂ ਡਿਵੈਲਪਮੈਂਟ ਨੂੰ ਪ੍ਰਡਿਕਟ ਕਰ ਸਕਦੇ ਆ ਤੁਹਾਡੀ ਐਕਟੀਵਿਟੀਆਂ ਹਾਂਜੀ ਸਟੇਟ ਬਿਲਕੁਲ ਠੀਕ ਹੈ ਲਿਨੀਅਰ ਮਤਲਬ ਸਟ੍ਰੇਟ ਸਪਾਇਰਲ ਮਤਲਬ ਸਪਾਇਰਲ ਠੀਕ ਹੈ ਹੁਣ ਦੇਖੋ ਆਪਾਂ ਨਾ ਕਿਸੇ ਦੇ ਵਿਕਾਸ ਨੂੰ ਪ੍ਰੈਡਿਕਟ ਕਰ ਸਕਦੇ ਹਾਂ ਹੁਣ ਇਹਦਾ ਪੇਪਰ 'ਚ ਕੁਐਸਚਨ ਆਇਆ ਹੋਇਆ ਹੈ ਹੇਠ ਲਿਖਿਆ ਵਿੱਚੋਂ ਕਿਸਦਾ ਸਬੰਧ ਪੇਪਰ 'ਚ ਕੁਐਸਚਨ ਕੀ ਆਇਆ ਸੀਗਾ ਹੇਠ ਲਿਖਿਆ ਵਿੱਚੋਂ ਡਿਵੈਲਪਮੈਂਟ ਇਜ਼ ਸਪਾਇਰਲ ਨਾਟ ਲੀਨੀਅਰ ਵੈਰੀ ਗੁੱਡ ਬਿਲਕੁਲ ਠੀਕ ਹੈ ਜੀ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਆਪਣੀ ਸਪਾਇਰਲ ਇਸ ਤਰ੍ਹਾਂ ਠੀਕ ਹੈ ਨਾ ਡਵੈਲਪਮੈਂਟ ਜਿਹੜੀ ਹੈਗੀ ਆ ਉਹ ਆਪਣੀ ਕੀ ਹੈ ਸਪਾਇਰਲ ਤੇ ਹਮੇਸ਼ਾ ਪੋਜ਼ਿਟਿਵ ਹੁੰਦੀ ਹੈ 네ਗੇਟਿਵਲੀ ਹੁੰਦੀ ਮਤਲਬ ਵਾਪਿਸ ਨਹੀਂ ਆਉਂਦੀ ਹਾਂਜੀ ਆਪਾਂ ਗੱਲ ਕਰ ਰਹੇ ਹਾਂ ਪ੍ਰੈਡਿਕਟੇਬਿਲਟੀ ਆਪਣੀਆਂ ਕੁਝ ਐਕਟੀਵਿਟੀਜ਼ ਦੇ ਨਾਲ ਆਪਾਂ ਪ੍ਰੈਡਿਕਟ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ ਕੁਝ ਪ੍ਰੈਡਿਕਸ਼ਨਸ ਕਰ ਸਕਦੇ ਹਾਂ ਕਿ ਇਹ ਇਸ ਤਰ੍ਹਾਂ ਦਾ ਕਰੇਗਾ ਇਸ ਤਰ੍ਹਾਂ ਦਾ ਹੋ ਸਕਦਾ ਹੈ ਇਸ ਤਰ੍ਹਾਂ ਦੀ ਐਕਟੀਵਿਟੀ ਕਰੇਗਾ ਠੀਕ ਹੈ ਯਾ ਇਹ ਬਣ ਸਕਦਾ ਹੈ ਉਹ ਕੀ ਹੈ ਵਿਕਾਸ ਵਿਕਾਸ ਨੂੰ ਆਪਾਂ ਕੀ ਹੈ ਪ੍ਰੈਡਿਕਟ ਕਰ ਸਕਦੇ ਹਾਂ ਪੇਪਰ ਦੇ ਵਿੱਚ ਇੱਕ ਕੁਐਸਚਨ ਆਇਆ ਹੈ ਦੇਖੋ ਇਹਦਾ ਪੇਪਰ ਦੇ ਵਿੱਚ ਕੁਸ਼ਨ ਆਇਆ ਹੋਇਆ ਹੈ ਹੇਠ ਲਿਖਿਆ ਵਿੱਚੋਂ ਕਿਸ ਦਾ ਸਬੰਧ ਹੇਠ ਲਿਖਿਆ ਵਿੱਚੋਂ ਕਿਸ ਦਾ ਸਬੰਧ ਜਿਹੜਾ ਹੈਗਾ ਡਿਵੈਲਪਮੈਂਟ ਦੇ ਸਿਧਾਂਤ ਨਾਲ ਨਹੀਂ ਹੈ ਕਿਸ ਦਾ ਸਬੰਧ ਡਿਵੈਲਪਮੈਂਟ ਦੇ ਸਿਧਾਂਤ ਨਾਲ ਨਹੀਂ ਹੈ ਤਾਂ ਅਨਸਰ ਕੀ ਆ ਜਾਏਗਾ ਕਿ ਜਿਹੜਾ ਇਹਨਾਂ ਸਾਰਿਆਂ ਤੋਂ ਅੱਡ ਤੋਂ ਤੁਹਾਨੂੰ ਆਪਸ਼ਨ ਆ ਗਿਆ ਉਹਦਾ ਸਬੰਧ ਨਹੀਂ ਹੈ ਉਹਦਾ ਸਬੰਧ ਜਿਹੜਾ ਹੈਗਾ ਨਹੀਂ ਹੈ ਠੀਕ ਹੈ ਤਾਂ ਅੱਜ ਆਪਾਂ ਗੱਲ ਕੀਤੀ ਅੱਜ ਆਪਾਂ ਦੇਖੋ ਅੱਜ ਦੇ ਲੈਕਚਰ ਦੇ ਵਿੱਚ ਆਪਣਾ ਸਿਰਫ ਪ੍ਰਿੰਸੀਪਲੀ ਹੋ ਪਾਈ ਹੈ ਪਰ ਆਪਾਂ ਪ੍ਰਿੰਸੀਪਲ ਨੂੰ ਬੜੇ ਆਰਾਮ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਡਿਸਕਸ ਕੀਤਾ ਅੱਜ ਦੇ ਲੈਕਚਰ ਦੇ ਵਿੱਚ ਹੁਣ ਕੁਝ ਤੁਹਾਨੂੰ ਕੋਰਸਿਸ ਦੱਸਦੇ ਜੇਕਰ ਕੋਈ ਪੀਟੈਡ ਦਾ ਸਟੂਡੈਂਟ ਤੁਹਾਡੇ ਕੋਲ ਹੈ ਤੁਹਾਡੇ ਵਿੱਚ ਹੈਗਾ ਪੀਟੈਡ ਦਾ ਸਾਡਾ ਬੈਚ ਬਿਲਕੁਲ ਸ਼ੁਰੂ ਹੋ ਚੁੱਕਾ ਹੈ ਪੀਟੈਡ ਦਾ ਬੈਚ ਜੁਆਇਨ ਕਰ ਸਕਦਾ ਹੈ ਕੋਈ ਵੀ ਸਟੂਡੈਂਟ ਜਿਹਦੀ ਜਿੰਦਾ ਆਨਲਾਈਨ ਜਿਨ੍ਹਾਂ ਨੇ ਕੋਚਿੰਗ ਲੈਣੀ ਹੈ ਉਹਦਾ 4000 ਹੈ ਜਿਨ੍ਹਾਂ ਨੇ ਆਫਲਾਈਨ ਕੋਚਿੰਗ ਲੈਣੀ ਹੈ ਠੀਕ ਹੈ ਤਾਂ ਉਹਦੇ ਪ੍ਰਾਈਸ ਉਹਦਾ ਜਿਹੜਾ ਪ੍ਰਾਈਸ ਹੈਗਾ ਅਸੀਂ ਸੌਰੀ ਆਨਲਾਈਨ ਆਫਲਾਈਨ ਲੈਣੀ ਆ ਉਹਦਾ ਪ੍ਰਾਈਸ ਕੀ ਹੈ 4000 ਦਾ ਪ੍ਰਾਈਸ ਉਹਦਾ ਰੱਖਿਆ ਗਿਆ ਜਿਹੜੇ ਸਟੂਡੈਂਟ ਜਿਹੜਾ ਹੈਗਾ ਪੀਟੈਟ ਜਾਂ ਈਟਟੀਡੀ ਸੈਕੰਡ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਨੇ ਇਹਦੀ ਆਨਲਾਈਨ ਫੀਸ 4000 ਹੈ ਆਫਲਾਈਨ ਫੀਸ 8000 ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਈ ਤਾਂ 882010101 ਦੇ ਤੁਸੀਂ ਕਾਲ ਕਰ ਸਕਦੇ ਹੋ ਪੀਪੀਐਸਸੀ ਪ੍ਰਿੰਸੀਪਲ ਦਾ ਆਫਲਾਈਨ ਬੈਚ ਪੀਪੀਐਸਸੀ ਪ੍ਰਿੰਸੀਪਲ ਦਾ ਆਫਲਾਈਨ ਬੈਚ 15 April ਤੋਂ ਸ਼ੁਰੂ ਹੋ ਰਿਹਾ ਹੈ ਦੁਬਾਰਾ ਪੀਟੈਡ ਬਿਲਕੁਲ ਆਏਗਾ ਜੀ ਉਮੀਦ ਹੈ ਕਿ ਜੁਲਾਈ ਤੱਕ ਨੋਟੀਫਿਕੇਸ਼ਨ ਵੀ ਆ ਜਾਏਗੀ ਠੀਕ ਹੈ ਰੀਟ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਰੀਟ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਸੀਟੈਡ ਉਹਨਾਂ ਨੇ ਕਿਹਾ ਹੀ ਸੀ ਕਿ ਜੁਲਾਈ ਅਗਸਟ ਵਿੱਚ ਸੀਟੈਡ ਹੋਏਗਾ ਸੌਰੀ ਜੂਨ ਜਾਂ ਜੁਲਾਈ ਦੇ ਵਿੱਚ ਸੀਟੈਡ ਹੋਏਗਾ ਪੀਟੈਡ ਦਾ ਵੀ ਜੁਲਾਈ ਦੇ ਵਿੱਚ ਨੋਟੀਫਿਕੇਸ਼ਨ ਆਉਣ ਦੇ ਚਾਂਸਸ ਫੁੱਲ ਹੈ ਜਿਹੜੇ ਬੱਚੇ ਪੀਪੀਐਸਸੀ ਪ੍ਰਿੰਸੀਪਲ ਦੀ ਆਫਲਾਈਨ ਕਲਾਸਾਂ ਲਗਾਉਣਾ ਚਾਹੁੰਦੇ ਨੇ ਉਹ 15 ਅਪ੍ਰੈਲ 15 ਅਪ੍ਰੈਲ ਫਰਡੇ ਤੋਂ ਜਿਹੜਾ ਹੈਗਾ 3:30 ਵਜੇ ਕਲਾਸਿਸ ਲਗਾ ਸਕਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕੁਇਰੀ ਹੈ ਤਾਂ 882010101 ਤੇ ਤੁਸੀਂ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ UGC NET ਪੇਪਰ 1 ਦਾ ਆਨਲਾਈਨ ਬੈਚ ਆਨਲਾਈਨ ਬੈਚ ਲੈਣਾ ਚਾਹੁੰਦੇ ਨੇ ਉਹ ਵੀ ਜਿਹੜਾ ਹੈਗਾ ਬੈਚ ਖਰੀਦ ਸਕਦੇ ਨੇ ਪੇਪਰ 1 ਓਨਲੀ ਆਫਲਾਈਨ ਬੈਚ ਜਲਦੀ ਸ਼ੁਰੂ ਕਰਾਂਗੇ ਤੁਹਾਨੂੰ ਉਦੋਂ ਇਨਫੋਰਮ ਕਰ ਦਿੱਤਾ ਜਾਏਗਾ ਪੰਚਾਇਤ ਸੈਕਟਰੀ ਦਾ ਪੇਪਰ ਜਿਹੜਾ ਹੈਗਾ ਦੇਖੋ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਕੁਆਇਰੀ ਹੈ ਨਾ ਤਾਂ 882010101 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਤੁਹਾਡੀ ਪ੍ਰੋਬਲਮ ਜਿਹੜੀ ਹੈਗੀ ਹੈ ਸੋਲਵ ਕਰ ਦਿੱਤੀ ਆਏਗੀ ਅੱਜ ਦੇ ਲਈ ਆਪਾਂ ਇੰਨਾ ਹੀ ਕਰਾਂਗੇ ਥੈਂਕ ਯੂ ਥੈਂਕ ਯੂ ਵੈਰੀ ਮਚ